ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਮਝ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਤਨੋ ਤਾਂ ਯੂਬਰ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ, ਮਨਜੀਤ ਕੌਰ ਤਾਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਤੋਂ, ਅਤੇ ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸੋਹਤਾ 209-210-1013-209-277-1013 ਦੇ ਉੱਤੇ। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ ਸੈਂਟਾ ਨੈਲਾ ਵਿੱਚ ਅਤੇ ਮਡੇਰਾ ਦੇ ਵਿੱਚ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7798 ਦੇ ਉੱਤੇ, 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ। ਕਹਿੰਦੇ ਕੈਗ ਦੀ ਰਿਪੋਰਟ ਦੇ ਵਿੱਚ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ 'ਚ ਕੇਜਰੀਵਾਲ ਸਰਕਾਰ ਦੇ ਵਿੱਚ ਜਿਹੜੀ ਹਲਚਲ ਤੇਜ਼, ਅਤੇ ਇੱਧਰ ਪੰਜਾਬ ਦੇ ਵਿੱਚ ਵੀ ਇੱਕ ਹੋਰ ਵੱਡਾ ਘੁਟਾਲਾ। ਘੁਟਾਲਿਆਂ ਦੀ ਇਸ ਰੁੱਤ ਦੇ ਵਿੱਚ ਸ਼ੈਬਰ ਲੱਗੀ ਪਈ ਆ ਘੁਟਾਲਿਆਂ ਦੀ, ਕੋਈ ਕਿੱਧਰੋਂ ਕੋਈ ਕਿੱਧਰੋਂ। ਇਹ ਜਿਹੜੀ ਕੈਗ ਦੀ ਰਿਪੋਰਟ ਆ, ਜਿਹਨੇ ਦਿੱਲੀ ਦੇ ਵਿੱਚ ਭੁਚਾਲ ਲਿਆਂਦਾ, ਪਹਿਲਾਂ ਇਹਦੀ ਗੱਲ ਕਰ ਲਈਏ। ਅਸਲ ਦੇ ਵਿੱਚ ਇਹ ਗੜਬੜੀ ਸਾਹਮਣੇ ਆਈ ਆ, ਜੋ FCI ਦੇ ਗੋਦਾਮਾਂ ਚੋਂ ਰਾਸ਼ਨ ਵੰਡ ਕੇਂਦਰਾਂ ਦੇ ਵਿੱਚ ਅਨਾਜ ਲਿਜਾਇਆ ਜਾਂਦਾ ਸੀਗਾ, ਤਾਂ ਢੋਆ ਢੁਆਈ ਦੇ ਦੌਰਾਨ ਉਹੀ ਕਹਾਣੀ ਦੁਹਰਾਈ ਗਈ ਆ ਜਿਹੜੀ ਸਾਡੇ ਇੱਥੇ ਪੰਜਾਬ ਦੇ ਵਿੱਚ ਦੁਹਰਾਈ ਗਈ ਸੀ। ਤੁਹਾਨੂੰ ਯਾਦ ਹੋਣਾ ਕੈਗ ਦੀ ਉਹ ਇੱਕ ਰਿਪੋਰਟ ਸੀਗੀ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਦੇ ਅੰਤਲੇ ਪੜਾਅ ਵਾਲੇ ਦਿਨਾਂ ਦੇ ਵਿੱਚ ਆਈ ਸੀਗੀ ਉਹ ਸਾਹਮਣੇ, ਕਿ ਉਹ ਇਹਨਾਂ ਨੇ ਜਿਹੜੇ ਟਰੱਕ ਢੋਆ ਢੁਆਈ ਲਈ ਦੱਸੇ ਸੀਗੇ ਕਿ ਅਸੀਂ ਲਾਏ ਹੋਏ ਆ, ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉੱਥੇ ਕੋਈ ਲੂਣਾ ਦਾ ਨੰਬਰ ਆ, ਕੋਈ ਆ ਜੱਦੀ ਮੋਟਰਸਾਈਕਲ, ਕੋਈ ਫਲਾਣਾ ਮੋਟਰਸਾਈਕਲ, ਕੋਈ ਸਕੂਟਰ। ਤੇ ਕੈਗ ਵਾਲੇ ਵੀ ਹੈਰਾਨ ਰਹਿ ਗਏ ਸੀਗੇ ਕਿ ਇੰਨੇ ਲੱਖ ਟਨ ਅਨਾਜ ਆ ਜਿਹੜਾ ਉਹ ਸਕੂਟਰ ਮੋਟਰਸਾਈਕਲ ਹੀ ਢੋ ਗਏ ਆ। ਇਸ ਹਿਸਾਬ ਦੇ ਨਾਲ ਤੇ ਇਹ ਜੇ ਪੰਜਾਬ ਵਾਲੇ ਸਕੂਟਰ ਮੋਟਰਸਾਈਕਲ ਥੋੜੀ ਜਿਹੀ ਤਾਦਾਦ ਦੇ ਵਿੱਚ ਹੋਰ ਹੋਣ ਤੇ ਸਾਰੇ ਦੇਸ਼ ਦੀ ਟਰਾਂਸਪੋਰਟ ਦਾ ਕੰਮ ਸੰਭਾਲ ਸਕਦੇ ਆ। ਉਸ ਤੋਂ ਬਾਅਦ ਘੁਟਾਲੇ ਦਾ ਬਹੁਤ ਰੌਲਾ ਪਿਆ ਸੀ ਪੰਜਾਬ ਦੇ ਵਿੱਚ। ਫਿਰ ਉਹ ਘੁਟਾਲਾ ਜਿਹੜਾ ਜਦੋਂ ਕਾਂਗਰਸੀ ਆ ਗਏ, ਹਾਲਾਂਕਿ ਇੱਕ ਮੋਟਰਸਾਈਕਲ ਜਾਂ ਅਸੈਂਬਲੀ 'ਚ ਵੀ ਲੈ ਗਏ ਸੀ ਪਾਂ ਪਾਂ ਕਰਾਉਂਦੇ, ਬਾਅਦ ਦੇ ਵਿੱਚ ਉਹ ਮੋਟਰਸਾਈਕਲ ਸ਼ਾਇਦ ਇਹਨਾਂ ਨੇ ਕਬਾੜੀਆਂ ਨੂੰ ਵੇਚ ਕੇ ਤੇ ਖਜ਼ਾਨਾ ਭਰ ਲਿਆ। ਬਸ ਉਹ ਜਿਹੜਾ ਘੁਟਾਲਾ ਘੁਟਾਲਾ ਕਹਿੰਦੇ ਸੀਗੇ, ਫਿਰ ਕਹਿੰਦੇ ਜੀ ਦੇਣਦਾਰੀਆਂ ਦਾ ਮਸਲਾ। ਖੈਰ ਇਹੋ ਜਿਹਾ ਹੀ ਇੱਥੇ ਮਾਮਲਾ ਸਾਹਮਣੇ ਆਉਂਦਾ ਪਿਆ। ਹਾਲਾਂਕਿ ਹੁਣ ਜਿਹੜੀ ਇੱਥੋਂ ਦੀ ਸਰਕਾਰ ਆ ਦਿੱਲੀ ਦੀ, ਉਹ ਰੌਲਾ ਪਾਉਣ ਡਈ ਆ, ਦਵਾਈ ਪਾਉਣ ਡਈ ਆ। ਉਹ ਕਹਿੰਦੇ ਜੀ ਕਿ ਅਸੀਂ ਇਹਨਾਂ ਨੂੰ ਪਹਿਲਾਂ ਕਿਹਾ ਸੀ LG ਸਾਹਿਬ ਨੂੰ ਕਿ ਇਹ ਪਾਲਿਸੀ ਜਿਹੜੀ ਬਹੁਤ ਕਸੀ ਪਿੱਟੀ ਪਾਲਿਸੀ ਹੈ, ਇਹਦੇ ਚ ਗੜਬੜ ਹੋਣ ਦੇ ਸ਼ੰਕੇ ਸੰਸੇ ਹੈਗੇ ਆ, ਅਸੀਂ ਜਿਹੜੀ ਪਾਲਿਸੀ ਲਿਆਂਦੀ ਆ ਸਾਨੂੰ ਉਹ ਇੰਪਲੀਮੈਂਟ ਕਰਨ ਦੀ ਇਹਨਾਂ ਨੇ ਇਜਾਜ਼ਤ ਨਹੀਂ ਦਿੱਤੀ। ਪਰ ਹੁਣ ਉਹ ਕਹਿੰਦੇ ਜਿਹੜਾ ਵੀ ਸਾਨੂੰ ਨਜ਼ਰੀ ਪੈ ਗਿਆ ਅਸੀਂ ਉਹ ਠੋਕਾਂਗੇ ਜ਼ਰੂਰ, ਭਾਵੇਂ LG ਦਾ ਵੀ ਵਿੱਚ ਕਸੂਰ ਨਿਕਲਿਆ ਅਸੀਂ ਇਹਨੂੰ ਵੀ ਨਹੀਂ ਛੱਡਦੇ, ਭਾਵੇਂ ਸਾਡਾ ਕੋਈ ਮੰਤਰੀ ਆ ਗਿਆ ਅਸੀਂ ਉਹਨੂੰ ਵੀ ਰਗੜ ਕੇ ਰੱਖ ਦੇਣਾ, ਜਿਹੜਾ ਵੀ ਦੋਸ਼ੀ ਪਾਇਆ ਗਿਆ ਅਸੀਂ ਉਹਨੂੰ ਛੱਡਾਂਗੇ ਨਹੀਂ। ਇਹਨਾਂ ਨੇ ਅਸੈਂਬਲੀ ਦੇ ਵਿੱਚ ਵੀ ਉਹ ਰਿਪੋਰਟ ਰੱਖ ਦਿੱਤੀ ਆ, ਮਨੀਸ਼ ਸਿਸੋਦੀਆ ਨੇ ਵੀ ਪ੍ਰੈਸ ਕਾਨਫਰੰਸ ਕਰ ਦਿੱਤੀ ਆ। ਜਿਹੜੇ ਕੇਜਰੀਵਾਲ ਸਾਹਿਬ ਆ ਉਹਨਾਂ ਨੇ ਹਮੇਸ਼ਾ ਦੇ ਵਾਂਗ ਕਹਿ ਦਿੱਤਾ ਕਿ CBI ਦੀ ਇਨਕੁਆਇਰੀ ਚਾਹੀਦੀ ਹੈ ਇਸ ਮਾਮਲੇ 'ਚ। ਖੈਰ ਉੱਥੇ ਰਾਜਨੀਤੀ ਹੋਈ ਜਾਂਦੀ ਆ, ਪਰ ਸਵਾਲ ਵੀ ਨਾਲੋ ਨਾਲ ਹੁੰਦੇ ਪਏ ਇਹਨਾਂ ਨੂੰ, ਔਰ ਸਵਾਲ ਵੈਸੇ ਹੋਣਗੇ ਵੀ, ਬੇਸ਼ੱਕ ਇਹਨਾਂ ਨੂੰ ਨਾ ਪਤਾ ਹੋਵੇ, ਇਹ ਇਸ ਖੇਡ ਤੋਂ ਅਣਜਾਣ ਹੋਣ, ਪਰ ਸਭ ਤੋਂ ਵੱਡਾ ਸਵਾਲ ਤੇ ਇਹੋ ਹੋਏਗਾ ਨਾ ਕਿ ਤੁਸੀਂ ਬਹੁਤ ਆਪਣੇ ਆਪ ਨੂੰ ਕਹਿੰਦੇ ਹੋ ਕਿ ਅਸੀਂ ਇਮਾਨਦਾਰ ਤੇ ਹੈਗੇ ਹਾਂ, ਅਸੀਂ ਬਹੁਤ ਤੇਜ਼ ਤਰਾ ਰਹੇ ਹਾਂ, ਤਾਂ ਹੁਣ ਇਹਨਾਂ ਦੀ ਜਿਹੜੀ ਗਵਰਨੈਂਸ ਹੈ ਉਹਨੂੰ ਸਵਾਲ ਤੇ ਹੋਣਗੇ ਕਿ ਸਭ ਕੁਛ ਹੋ ਰਿਹਾ ਸੀਗਾ, ਇਹ ਸਭ ਕੁਛ ਵਾਪਰਦਾ ਪਿਆ ਸੀਗਾ, ਤਾਂ ਤੁਸੀਂ ਕਿੱਥੇ ਸੀਗੇ, ਸੁੱਤੇ ਪਏ ਸੀਗੇ। ਸੋ ਹੁਣ ਅੱਗੇ ਚੱਲ ਕੇ ਇਸ ਮਾਮਲੇ 'ਚ ਕੀ ਰੁੱਖ ਜਿਹੜੀ ਪਲਟੀ ਮਾਰਦਾ ਉਹ ਬਾਅਦ ਦੇ ਵਿੱਚ ਪਤਾ ਲੱਗੂਗਾ। ਪਰ ਇੱਧਰ ਸਾਡੇ ਪੰਜਾਬ ਦੇ ਵਿੱਚ ਜਿਹੜਾ ਘੁਟਾਲਾ ਸਾਹਮਣੇ ਆਇਆ ਉਹ ਅੰਮ੍ਰਿਤਸਰ ਦੇ ਵਿੱਚ ਆ, ਕੋਈ ਰਾਈਸ ਮਿਲ ਸੀਗੀ ਉਹਨਾਂ ਦੇ ਕੋਲ, FCI ਨੇ ਕਾਫੀ ਵੱਡੀ ਤਾਦਾਦ ਦੇ ਵਿੱਚ ਝੋਨਾ ਲਾਇਆ ਹੋਇਆ ਸੀਗਾ। ਸੋ ਉਹ ਦੱਸਦੇ ਆ ਕਿ 1200 ਟਰੱਕ ਝੋਨਾ ਗਾਇਬ ਹੋ ਗਿਆ, 1200 ਟਰੱਕ। ਹੁਣ ਇਹਦੇ ਵਿੱਚ ਕੁਛ ਅਧਿਕਾਰੀਆਂ ਨੂੰ ਇਹਨਾਂ ਨੇ ਕਾਰਵਾਈ ਦੀ ਜਦ ਚੱਲਿਆ,
ਇਸ ਤੋਂ ਇਲਾਵਾ ਦੱਸ ਰਿਹਾ ਇਹਦੀ ਕੀਮਤ ਜਿਹੜੀ ਆ ਉਹ 32 ਕਰੋੜ ਦੇ ਲਗਭਗ ਆ। ਐਫ ਸੀ ਆਈ ਨੇ ਰੱਖਿਆ ਸੀਗਾ ਝੋਨਾ, ਇਹਨਾਂ ਨੇ ਗਾਇਬ ਕਰ ਦਿੱਤਾ। ਪਰ ਦੂਜੀ ਕਮਾਲ ਦੀ ਗੱਲ ਇਹ ਆ ਕਿ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਝੋਨਾ ਗਾਇਬ ਕਰ ਦਿੱਤਾ, ਰਾਈਸ ਮਿਲ ਦੇ ਜਿਹੜੇ ਐਸ ਐਸ ਆ ਉਹਨਾਂ ਨੂੰ ਜ਼ਬਤ ਕਰਕੇ ਅਸੀਂ ਵਸੂਲੀ ਕਰ ਲਈਏ, ਤੇ ਉਹ ਪਤਾ ਲੱਗਿਆ ਕਿ ਉਹ ਰਾਈਸ ਮਿਲ ਤੇ ਜਿਹੜੀ ਆ ਉਹ 129 ਕਰੋੜ ਰੁਪਈਏ ਦਾ ਕਰਜ਼ਾ PNB ਤੋਂ ਲੈ ਕੇ ਸਾਡੀ ਖਲੋਤੀ ਆ। ਉਹ ਬੈਂਕ ਵਾਲੇ ਪਹਿਲਾਂ ਹੀ ਕਹਿੰਦੇ ਕਿ ਇਹਨਾਂ ਦੇ ਜਿਹੜੇ ਅਸਾਸੇ ਆ ਉਹ ਸਾਡੇ ਆ, ਮਤਲਬ ਕਿ ਉਹਨਾਂ ਨੇ 129 ਕਰੋੜ ਪਹਿਲਾਂ ਬੈਂਕ ਤੋਂ ਵੀ ਲਿਆ ਹੋਇਆ ਸੀਗਾ, ਬਾਅਦ ਦੇ ਵਿੱਚ ਉਹ ਇੱਧਰ ਵੀ ਸੁਣਾ ਲਾ ਗਏ। ਸੋ ਸਾਰੇ ਪਾਸਿਓਂ ਹੀ ਇਹੋ ਜਿਹੀਆਂ ਗੜਬੜੀਆਂ ਸਾਹਮਣੇ ਆਉਂਦੀਆਂ ਪਈਆਂ, ਚਾਹੇ ਦਿੱਲੀ ਆ ਚਾਹੇ ਪੰਜਾਬ ਆ। ਪਰ ਵੇਖ ਲਓ ਕਿ ਅਨਾਜ ਹੈ ਜਿਹੜਾ ਉਹ ਇਸ ਤਰ੍ਹਾਂ ਚੋਰੀ ਹੋ ਜਾਂਦਾ, ਇਸ ਤਰ੍ਹਾਂ ਗੜਬੜੀ ਦਾ ਸ਼ਿਕਾਰ ਹੋ ਜਾਂਦਾ। ਪਰ ਜਿਹਨਾਂ ਨੂੰ ਅਨਾਜ ਚਾਹੀਦਾ, ਜਿਹਨਾਂ ਲਈ ਅਨਾਜ ਲੋੜੀਦਾ, ਉਹ ਭੁੱਖੇ ਮਰਦੇ ਪਏ। ਪਰ ਜੇ ਕੇਜਰੀਵਾਲ ਸਰਕਾਰ ਦੀ ਗੱਲ ਕਰੀਏ, ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਵਧਦੀਆਂ ਜਾਂਦੀਆਂ, ਜਿਵੇਂ ਪੰਜਾਬੀ ਦਾ ਮੁਹਾਵਰਾ ਨਾ, ਭੁੱਖਾ ਜੱਟ ਮੂਲੀ ਖਾਏ ਤੇ ਮੂਲੀ ਭੁੱਖ ਵਧੇਰੇ ਲਾਏ। ਉਹ ਜਿਵੇਂ ਜਿਵੇਂ ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕਰਦੇ ਆ, ਮੁਸ਼ਕਲਾਂ ਉਹਨਾਂ ਦੇ ਗੱਲ ਚ ਆ ਕੇ ਸੱਪ ਬਣ ਕੇ ਪੈ ਜਾਂਦੀਆਂ। ਜੀ ਜੀ ਜੀ, ਅਗਲੀ ਆਪਾਂ ਮਿੰਟੋ ਜੀ ਗੱਲ ਕਰੀਏ, RSS ਵੱਲੋਂ ਰਾਜਗੁਰੂ ਦੇ ਨਾਂ ਨੂੰ ਖੁਦ ਨਾਲ ਜੋੜਨ ਦੀ ਕੋਸ਼ਿਸ਼। ਇਹ ਇਸ ਤਰ੍ਹਾਂ ਹੀ ਕਰਦੇ ਆ, ਕਿਉਂਕਿ ਇਹਨਾਂ ਦੇ ਕੋਲ ਦੇਖੋ ਕੋਈ ਆਜ਼ਾਦੀ ਲਹਿਰ ਦਾ ਹੀਰੋ ਨਹੀਂ ਹੈਗਾ। ਜਦੋਂ ਇਹਨਾਂ ਦੇ ਕਿਤੇ ਵੀ ਇਸ ਤਰ੍ਹਾਂ ਟੱਕਰਬਾਜ਼ੀ ਚੱਲਦੀ ਆ, ਵਿਚਾਰਕ ਟੱਕਰਬਾਜ਼ੀ ਚੱਲਦੀ ਆ, ਤਾਂ ਉਦੋਂ ਇਹ ਸੰਭ ਜਾਂਦੇ, ਹਾਰ ਜਾਂਦੇ ਵਿਚਾਰਕ ਤੌਰ ਤੇ, ਕਿਉਂਕਿ ਇਹਨਾਂ ਦੇ ਉਸ ਸਮੇਂ ਦੇ ਜਿਹੜੇ ਲੀਡਰ ਸੀਗੇ ਉਹ ਤੇ ਸਗੋਂ ਭਾਰਤ ਛੱਡੋ ਅੰਦੋਲਨ ਵਰਗੇ ਅੰਦੋਲਨਾਂ ਦਾ ਵਿਰੋਧ ਕਰਦੇ ਰਹੇ, ਸ਼ਿਆਮਾ ਪ੍ਰਸਾਦ ਮੁਖਰਜੀ ਵਰਗੇ। ਔਰ ਇਹਨਾਂ ਦੇ ਤੇ ਐਸੇ ਸੂਰਮੇ ਸੀਗੇ ਜਿਹੜੇ ਉਹ ਮਿੰਟੂ ਜੀ ਜੀ ਲਾਈਨ ਦੇ ਵਿੱਚ ਕੋਈ ਦਿੱਕਤ ਆ ਤੇ ਮੈਂ ਦੁਬਾਰਾ ਲਾਈਨ ਉਹਨਾਂ ਦੇ ਨਾਲ ਬੁਲਾਉਂਦੇ ਹਾਂ, ਤੇ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜੀ ਮਿੰਟੋ ਜੀ, ਆਵਾਜ਼ ਆ ਰਹੀ ਹੈ ਜੀ ਹੁਣ? ਜੀ ਜੀ ਆ ਰਹੀ ਹੈ ਜੀ। ਅੱਛਾ, ਆਪਾਂ ਗੱਲ ਕਰਦੇ ਪਏ ਸਾਂ ਰਾਜਗੁਰੂ ਨੂੰ ਇਹਨਾਂ ਵੱਲੋਂ ਆਪਣੇ ਨਾਲ ਜੋੜਨ ਦੀ। ਇਹਦੇ ਵਿੱਚ ਮੁੱਦਾ ਇਹੋ ਹੀ ਆ ਕਿ ਇਹਨਾਂ ਦੇ ਕੋਲ ਆਜ਼ਾਦੀ ਲਹਿਰ ਦਾ ਕੋਈ ਹੀਰੋ ਨਹੀਂ ਹੈਗਾ। ਜਦੋਂ ਵਿਚਾਰਕ ਤੌਰ ਤੇ ਇਸ ਤਰ੍ਹਾਂ ਟੱਕਰਬਾਜ਼ੀ ਹੁੰਦੀ ਹੈ, ਇਸ ਤਰ੍ਹਾਂ ਵਿਚਾਰਾਂ ਦੀ ਇੱਕ ਲੜਾਈ ਚੱਲਦੀ ਹੈ, ਇਹ ਹਾਰ ਜਾਂਦੇ ਹਾਰ ਜਾਂਦੇ ਆ, ਕਿਉਂਕਿ ਇਹਨਾਂ ਦੇ ਇਹੋ ਜਿਹੇ ਸੂਰਮੇ ਸੀਗੇ ਜਿਹੜੇ ਉੱਥੇ ਜੇਲ੍ਹਾਂ ਦੇ ਵਿੱਚ ਮਾਫ਼ੀਨਾਮੇ ਵੀ ਘੱਲਦੇ ਰਹੇ। ਇਸ ਤਰ੍ਹਾਂ ਦੇ ਵੀ ਲੋਕ ਸੀਗੇ ਜਿਹੜੇ ਅੰਦੋਲਨਾਂ ਦਾ ਵਿਰੋਧ ਕਰਦੇ ਰਹੇ। ਇਸ ਮਾਮਲੇ ਦੇ ਵਿੱਚ ਹੁਣ ਇਹਨਾਂ ਦੀ ਇਹੀ ਕੋਸ਼ਿਸ਼ ਆ ਕਿ ਉਸ ਸਮੇਂ ਤੇ ਸਭ ਤੋਂ ਕੁਛ ਕਰਿਆ ਨਹੀਂ ਗਾ, ਹੁਣ ਕਿਉਂ ਨਾ ਧੱਕੇ ਨਾਲ ਮੋਹਰ ਲਾ ਲਈ ਜਾਵੇ ਕਿ ਇਹ ਸਾਡੇ ਨਾਲ ਜਿਹੜੇ ਹੋਏ ਲੋਕ ਸੀਗੇ, ਹੀਰੋ ਜਿਹੜੇ ਬਹੁਤ ਮਸ਼ਹੂਰ ਲੋਕ ਸੀਗੇ ਜਿਹੜੇ ਇਸ ਦੇਸ਼ ਲਈ ਕੁਰਬਾਨ ਹੋਏ ਗਏ, ਜਿਹਨਾਂ ਨੇ ਬਹੁਤ ਸਾਰੀਆਂ ਤਕਲੀਫਾਂ ਝੱਲੀਆਂ। ਇਹ ਭਗਤ ਸਿੰਘ ਤੇ ਵੀ ਕਈ ਵਾਰ ਨਾ ਖੁਸ਼ੀ ਦੇ ਵਿੱਚ ਹੱਕ ਜਿਤਾ ਦਿੰਦੇ ਆ, ਭਗਤ ਸੈਨਾ ਇਹਨਾਂ ਨੇ ਇੱਕ ਬਣਾਈ ਹੋਈ ਹੈ ਭਗਤ ਸਿੰਘ ਕ੍ਰਾਂਤੀ ਸੈਨਾ। ਸੋ ਇਸ ਤਰ੍ਹਾਂ ਕਰਦੇ ਆ। ਹੁਣ ਰਾਜਗੁਰੂ ਨੂੰ ਇਹਨਾਂ ਨੇ ਕਿੱਦਾਂ ਜੋੜਿਆ? ਅਸਲ ਦੇ ਵਿੱਚ ਇੱਕ ਇਹਨਾਂ ਦਾ ਕਾਰਕੁਨ ਹੈਗਾ, ਕਾਫੀ ਮਸ਼ਹੂਰ ਆ ਉਹ, ਉਹਨੇ ਕਿਤਾਬ ਲਿਖੀ ਹੈ, ਉਹਦਾ ਨਾਮ ਹੈਗਾ ਮੇਰੇ ਖਿਆਲ ਦੇ ਨਾਲ ਨਰਿੰਦਰ ਸਹਿਗਲ, ਜਿਹਨੇ ਪੁਸਤਕ ਲਿਖੀ ਹੈ। ਉਹਨੇ ਦਾਅਵਾ ਕੀਤਾ ਕਿ ਰਾਜਗੁਰੂ ਸੰਘ ਦਾ ਸਵੈਮ ਸੇਵਕ ਸੀਗਾ, ਕਾਰਕੁਨ ਸੀਗਾ। ਔਰ ਰਾਜਗੁਰੂ ਨੂੰ ਤੁਹਾਨੂੰ ਪਤਾ ਹੀ ਹੈ ਕਿ ਭਗਤ ਸਿੰਘ ਤੇ ਸੁਖਦੇਵ ਦੇ ਨਾਲ ਹੀ ਫਾਂਸੀ ਦਿੱਤੀ ਗਈ ਸੀ 1931 ਨੂੰ। ਹੁਣ ਇਸ ਮਸਲੇ ਤੇ ਇੱਕ ਵਿਵਾਦ ਛਿੜ ਗਿਆ, ਕਿਉਂਕਿ ਜਿਹੜੇ ਉਹਨਾਂ ਦੇ ਅੱਗੇ ਪਰਿਵਾਰ ਦੇ ਮੈਂਬਰ ਆ, ਖਾਸ ਤੌਰ ਤੇ ਉਹਨਾਂ ਦੇ ਭਰਾ ਦੇ ਪੋਤੇ ਆ ਜਿਹੜੇ ਸਤਸ਼੍ਰੀ ਹੋਰੀ, ਹਰਸ਼ ਵਰਧਨ ਹੋਰੀ, ਉਹ ਕਹਿੰਦੇ ਆ ਕਿ ਦੇਖੋ ਇਹਦੇ ਬਾਰੇ ਕੋਈ ਸਬੂਤ ਹੀ ਨਹੀਂ ਹੈ ਕਿ ਰਾਜਗੁਰੂ ਜੀ RSS ਦੇ ਵਰਕਰ ਸਨ, ਤੇ ਨਾ ਹੀ ਸਾਡੇ ਦਾਦਾ ਜੀ ਨੇ ਕਦੇ ਸਾਨੂੰ ਦੱਸਿਆ ਇਸ ਬਾਰੇ ਵੀ ਕੋਈ ਉਹ ਕਿਸੇ ਮੂਵਮੈਂਟ ਨਾਲ ਜੁੜੇ ਹੁੰਦੇ, ਤੇ ਸਾਨੂੰ ਦੱਸਦੇ। ਸਾਨੂੰ ਪਤਾ ਤਾਂ ਹੁੰਦਾ ਸਾਡਾ ਕੋਈ ਪਰਿਵਾਰ ਦਾ ਜੀ ਇਸ ਸੰਸਥਾ ਨਾਲ ਨਹੀਂ ਜੁੜਿਆ ਹੋਇਆ, ਐਵੇਂ ਬਸ ਧੱਕੇ ਦੇ ਨਾਲ ਜੁੜਾਵ ਪੈਦਾ ਕੀਤਾ ਜਾ ਰਿਹਾ। ਤਾਂ ਬਹਿਰਹਾਲ ਹੁਣ ਇਹਦੇ ਤੇ ਬਹਿਸ ਚੱਲਦੀ ਪਈ ਆ,
ਵੈਸੇ ਜਿਹੜਾ ਇਹਨਾਂ ਦਾ ਇੱਕ ਹੋਰ ਨੇਤਾ ਵੱਡਾ ਐਮ ਜੀ ਵਧੀਆ, ਉਹ ਕਹਿੰਦਾ ਜੀ ਕਿ ਹੋ ਸਕਦਾ ਕਿ ਸੰਗ ਬਾਨੀ ਜਿਹੜਾ ਕੇਸ਼ਵ ਬੱਲੀ ਰਾਮ ਹੈਡਗਵਾਰ ਸੀਗਾ ਉਹ ਨਾਗਪੁਰ ਦੇ ਵਿੱਚ ਰਾਜਗੁਰੂ ਦੇ ਪ੍ਰਵਾਸ ਦੇ ਦੌਰਾਨ ਥੋੜੀਆਂ ਜਿਹੀਆਂ ਠਹਿਰਾਂ ਦਾ ਇੰਤਜ਼ਾਮ ਕਰਦਾ ਰਿਹਾ। ਉਹਨਾਂ ਦਿਨਾਂ ਦੇ ਵਿੱਚ ਹੋ ਸਕਦਾ ਕਿ ਰਾਜਗੁਰੂ ਜੀ ਪੁਣੇ ਵਾਲੀ ਸ਼ਾਖਾ ਦੇ ਵਿੱਚ ਆਏ ਹੋਣ ਜਾਂ ਨਾਗਪੁਰ ਦੀ ਸ਼ਾਖਾ ਦੇ ਵਿੱਚ ਆਏ ਹੋਣ, ਇਹਦੇ ਚ ਕੋਈ ਵੱਡੀ ਗੱਲ ਨਹੀਂ ਹੈ। ਪਰ ਅਸਲ ਦੇ ਵਿੱਚ ਲੋਕ ਕੀ ਦੱਸਦੇ ਆ ਕਿ ਥੋੜੀ ਬਹੁਤ ਇੱਕਾ ਦੁੱਕਾ ਮੁਲਾਕਾਤ ਹੋਈ ਹੈ ਔਰ ਇੱਕ ਦੋ ਦਫ਼ਾ ਦੱਸ ਕੇ ਕੋਈ ਟਿਕਾਣਾ ਵਰਤਿਆ ਗਿਆ, ਬਸ ਇੰਨੀ ਕੁ ਸਾਂਝ ਸੀ। ਉਸੇ ਸਾਂਝ ਨੂੰ ਆਰ ਐਸ ਐਸ ਬਹੁਤ ਵਿਸ਼ਾਲ ਤੌਰ ਤੇ ਪੇਸ਼ ਕਰਨਾ ਚਾਹੁੰਦੀ ਹੈ ਕਿ ਹਾਂਜੀ ਇਹ ਆਰ ਐਸ ਐਸ ਦੇ ਨਾਲ ਜੁੜੇ ਹੋਏ ਸੀ, ਇਹ ਕਹਾਣੀ ਹੈ। ਪਰ ਇਹਨਾਂ ਦਾ ਤੁਹਾਨੂੰ ਪਤਾ ਹੀ ਹੈ ਇਸ ਤਰ੍ਹਾਂ ਦਾ ਜੋੜ ਘਟਾਓ ਚੱਲਦਾ ਹੀ ਰਹਿੰਦਾ। ਨੱਥੂ ਰਾਮ ਗੌਂਡਸ਼ੇ ਨੂੰ ਕਦੇ ਕਦੇ ਜੱਫੀ ਪਾ ਲੈਂਦੇ ਆ ਖੁਸ਼ੀ ਚ, ਜਦੋਂ ਫਸਦੇ ਆ ਫਿਰ ਝੱਕ ਦੇ ਨਹੀਂ ਟਕਾ ਦੇ ਦਿੰਦੇ, ਉਹ ਕਹਿੰਦਾ ਝੱਕਦੇ ਨੇ ਥੱਲੇ ਨੂੰ ਛਡਾਉਣ ਵਾਲੇ ਹੰਝੂਆਣਾ ਯਾਰੀਆਂ ਲਵਾਉਣ ਵਾਲੇ। ਸੋ ਇਸ ਤਰ੍ਹਾਂ ਹੋ ਜਾਂਦਾ। ਹੁਣ ਇਹਨਾਂ ਨੇ ਦੇਖੋ ਕਿਸ ਤਰ੍ਹਾਂ ਦੀ ਗੱਪਬਾਜ਼ੀ ਕੀਤੀ ਆ ਕਈ ਮਾਮਲਿਆਂ ਦੇ ਵਿੱਚ। ਬਾਬਾ ਰਾਮ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਉਹਨਾਂ ਬਾਰੇ ਕਿਹਾ ਕਿ ਅਸੀਂ ਉਹਨਾਂ ਦੇ ਬਣਾਏ ਰਸਤੇ ਤੇ ਚੱਲਦੇ ਹਾਂ, ਮੋਦੀ ਸਾਹਿਬ ਕਹਿ ਰਹੇ ਸੀ ਅੱਜ ਵੀ ਕਹਿ ਰਹੇ ਆ। ਪਰ ਜਦੋਂ ਦਲਿਤ ਉਤਪੀੜਨ ਹੁੰਦਾ ਗੁਜਰਾਤ ਦੇ ਵਿੱਚ, ਦਲਿਤਾਂ ਤੇ ਦੇਖੋ ਕਿਸ ਤਰ੍ਹਾਂ ਦਾ ਅਤਿਆਚਾਰ ਹੋਇਆ ਸੀ, ਨੰਗਿਆਂ ਕਰਕੇ ਕੁੱਟਿਆ ਗਿਆ ਉਹਨਾਂ ਨੂੰ, ਉਦਣ ਮੋਦੀ ਸਾਹਿਬ ਚੁੱਪ ਕਰਕੇ ਬਹਿ ਗਏ। ਇਹਨਾਂ ਦਾ ਹਰੇਕ ਮਾਮਲੇ ਚ ਦੋਗਲਾਪਣ ਆਉਂਦਾ। ਝੂਠ ਦੀ ਰਾਜਨੀਤੀ ਤੇ ਛੱਡੋ, ਇਹ ਤੇ ਕਈ ਵਾਰ ਲੱਠ ਟੱਪ ਜਾਂਦੇ ਆ। ਅੱਜ ਇਹਨਾਂ ਨੇ ਕੀ ਕੀਤਾ, ਹੁਣ ਇਸ ਗੱਲ ਤੇ ਵੀ ਵਿਵਾਦ ਹੋ ਗਿਆ ਕਿ ਇਹਨਾਂ ਨੇ ਇੱਕ ਮਨ ਕੀ ਬਾਤ ਜਿਹੜਾ ਪ੍ਰੋਗਰਾਮ ਚੱਲਦਾ ਸੀ ਰੇਡੀਓ ਵਾਲਾ, ਉਹਦੇ ਤੇ ਕਿਤਾਬ ਛਾਪਣ ਦਾ ਦਾਅਵਾ ਕੀਤਾ ਔਰ ਜਿਸ ਲੇਖਕ ਦਾ ਨਾਂ ਲਿਖਿਆ ਰਜੇਸ਼ ਜੈਨ, ਕਿ ਇਹ ਲੇਖਕ ਨੇ ਇਸ ਕਿਤਾਬ ਦੇ, ਉਹ ਮਹਾਰਾਜ ਕਹਿੰਦੇ ਕਿ ਮੈਂ ਇਸ ਕਿਤਾਬ ਨੂੰ ਨਹੀਂ ਲਿਖਿਆ, ਨਾ ਮੈਂ ਇਹਨੂੰ ਸੰਪਾਦਿਤ ਕੀਤਾ, ਮੇਰਾ ਕੋਈ ਬਹੁ ਵਾਸਤਾ ਨਹੀਂ ਇਹਦੇ ਨਾਲ। ਮੈਂ ਤੇ ਸਮਾਗਮ ਚ ਜ਼ਰੂਰ ਗਿਆ ਸੀ ਜਾਂ ਇਹਨਾਂ ਦੇ ਸਮਾਗਮ ਚ, ਤੇ ਉੱਥੇ ਮੈਨੂੰ ਧੱਕੇ ਨਾਲ ਪਰਚਾ ਫੜਾ ਦਿੱਤਾ ਗਿਆ ਕਿ ਚਲੋ ਪਰਚਾ ਪੜੋ, ਤੇ ਬਾਅਦ ਵਿੱਚ ਮੈਨੂੰ ਤੇ ਪਤਾ ਹੀ ਨਹੀਂ ਲੱਗਾ ਕਿ ਕਦੋਂ ਇਹਨਾਂ ਨੇ ਕਿਤਾਬ ਦਾ ਰਾਈਟਰ ਬਣਾਤਾ ਮੈਨੂੰ, ਦੱਸੋ ਕੀ ਕਰੋਗੇ। ਸੋ ਇਹਨਾਂ ਦੇ ਝੂਠ ਦੀ ਕੋਈ ਹੱਦ ਨਹੀਂ, ਇਹਨਾਂ ਦੇ ਝੂਠ ਦੀ ਕੋਈ ਸੀਮਾ ਨਹੀਂ, ਇਹਨਾਂ ਦੇ ਝੂਠ ਦੀ ਕੋਈ ਉਚਾਈ ਨਹੀਂ, ਕੋਈ ਲੰਬਾਈ ਨਹੀਂ, ਕੋਈ ਚੜਾਈ ਨਹੀਂ। ਬਸ ਜਿੱਧਰ ਨੂੰ ਜੀ ਕਰਦਾ ਦੱਬ ਦਿੰਦੇ ਆ। ਇਹਨਾਂ ਦੇ ਬਾਰੇ ਤੇ ਕੀ ਕਹਿਣਾ, ਇਹਨਾਂ ਦੇ ਮੂੰਹ ਦੇ ਵਿੱਚ ਮਹਾਤਮਾ ਤੇ ਬਗਲ ਦੇ ਵਿੱਚ ਨੱਥੂ ਰਾਮ ਆ, ਇਹ ਇਸੇ ਤਰ੍ਹਾਂ ਚੱਲੀ ਜਾਂਦੇ ਆ। ਜੀ ਜੀ ਜੀ, ਅਗਲੀ ਆਪਾਂ ਮਿੰਟੋ ਜੀ ਗੱਲ ਕਰਦੇ ਹਾਂ। ਸ਼ਿਵਰਾਜ ਚੌਹਾਨ ਨੇ ਪੰਜ ਸੰਤਾਂ ਨੂੰ ਦਿੱਤਾ ਮੰਤਰੀ ਦਾ ਦਰਜਾ, ਇਹ ਵੀ ਕਹਾਣੀ ਬੜੀ ਦਿਲਚਸਪ ਹੈ। ਤੇ ਉੱਥੇ ਦੀ ਸਰਕਾਰ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਚੱਲਦੀ ਪਈ ਹੈ। ਸ਼ਿਵਰਾਜ ਸਿੰਘ ਚੌਹਾਨ ਲੰਬੇ ਸਮੇਂ ਤੋਂ ਉੱਥੇ ਮੁੱਖ ਮੰਤਰੀ ਆ ਜੀ। ਇਹਨਾਂ ਨੇ ਜਗੋ ਤੇ ਵੀ ਇਹ ਕੀਤੀ ਕਿ ਪੰਜ ਸਾਧੂਆਂ ਨੂੰ ਰਾਜ ਮੰਤਰੀ ਦਾ ਦਰਜਾ ਦੇ ਦਿੱਤਾ, ਇਕੱਠੇ ਪੰਜ ਸਾਧੂਆਂ ਨੂੰ। ਯੂਪੀ ਵਾਲੇ ਕਹਿੰਦੇ ਕਿ ਸੱਤ ਤੇ ਇੱਕ ਸਾਧੂ ਨਹੀਂ ਸਮਝਦਾ, ਕਿਉਂਕਿ ਅੱਜ ਉਹਦੇ ਤੇ ਦੋਸ਼ ਲੱਗਾ ਕਿ ਇੱਕ ਦਾਤ ਫਰਿਆਦ ਲੈ ਕੇ ਨੌਜਵਾਨ ਗਿਆ ਯੋਗੀ ਆਦਿੱਤਿਆਨਾਥ ਦੇ ਜਨਤਾ ਦੇ ਦਰਬਾਰ ਚ, ਤੇ ਦੱਸਦੇ ਆ ਕਿ ਯੋਗੀ ਆਦਿੱਤਿਆਨਾਥ ਨੇ ਉਹਦੀ ਫਾਇਲ ਪੁਆ ਕੇ ਮਾਰੀ, ਉਹਨੂੰ ਧੱਕਾ ਦੇ ਕੇ ਥੱਲੇ ਕਰ ਦਿੱਤਾ। ਉਹ ਫਾਇਲ ਸ਼ਾਇਦ ਇਸ ਕਰਕੇ ਸੁੱਟੀ ਗਈ ਕਿਉਂਕਿ ਜਿਹੜਾ ਅਮਰਮਨੀ ਤ੍ਰਿਪਾਠੀ ਹੈ ਜੇਲ੍ਹ ਦੇ ਵਿੱਚ, ਮਧੂਮਿਤਾ ਸ਼ੁਕਲਾ ਦਾ ਕਤਲਕਾਂਡ ਤੁਹਾਨੂੰ ਯਾਦ ਹੋਣਾ, ਉਸ ਕਤਲ ਕੇਸ ਚ ਜਿਹੜਾ ਉਮਰ ਕੈਦ ਭੁਗਤਦਾ ਪਿਆ, ਉਹਦੇ ਬੰਦਿਆਂ ਨੇ ਉਹਦੀ ਜ਼ਮੀਨ ਨੱਪੀ ਹੋਈ ਹੈ। ਸੋ ਉਹ ਦਾਤ ਫਰਿਆਦ ਲੈ ਕੇ ਗਿਆ ਸੀਗਾ, ਅੱਗੋਂ ਇਹੋ ਜਿਹਾ ਤਜਰਬਾ ਲੈ ਕੇ ਆ ਗਿਆ। ਸੋ ਇਹਨਾਂ ਨੇ ਹੁਣ ਜਿਹੜੀ ਇਹ ਕਰਾਮਾਤ ਵਿਖਾਈ ਆ, ਉਹਦੇ ਵਿੱਚ ਪੰਜ ਸਾਧੂ ਆ ਜਿਹੜੇ ਉਹ ਰਾਜ ਮੰਤਰੀ ਬਣਾ ਦਿੱਤੇ ਗਏ। ਇਹਨਾਂ ਦੇ ਵਿੱਚ ਜਿਹੜੇ ਇਸ ਸਮੇਂ ਰਾਜ ਮੰਤਰੀ ਬਣੇ ਆ, ਉਹਨਾਂ ਦੇ ਵਿੱਚ ਨਰਮਦਾਨੰਦ ਮਹਾਰਾਜ, ਹਰੀਹਰਾਨੰਦ ਮਹਾਰਾਜ, ਦਯੋਜੀ ਮਹਾਰਾਜ, ਕੰਪਿਊਟਰ ਬਾਬਾ ਯੋਗਿੰਦਰ ਮਹੰਤ, ਇਹਨਾਂ ਸਾਰਿਆਂ ਨੂੰ ਰਾਜ ਮੰਤਰੀ ਦਾ ਦਰਜਾ ਦੇ ਦਿੱਤਾ ਗਿਆ। ਔਰ ਇਹਨਾਂ ਨੂੰ ਹੁਣ 7500 ਰੁਪਇਆ ਫਿਕਸ ਵੇਤਨ ਮਿਲੂਗਾ, ਇਸ ਤੋਂ ਇਲਾਵਾ ਸਰਕਾਰੀ ਗੱਡੀ, 1000 ਕਿਲੋਮੀਟਰ ਦਾ ਡੀਜ਼ਲ ਖਰਚਾ, 15000 ਰੁਪਇਆ ਮਕਾਨ ਦਾ ਕਿਰਾਇਆ। ਵੈਸੇ ਸਾਧੂ ਸੰਤਾਂ ਦਾ ਕੋਈ ਟਿਕਾਣਾ ਨਹੀਂ ਹੁੰਦਾ, ਪਰ ਇਹਨਾਂ ਦਾ ਟਿਕਾਣਾ ਜਿਹੜਾ ਇੱਕ ਸਰਕਾਰੀ ਮਕਾਨ ਵਾਸਤੇ ਬਣਾਇਆ ਜਾਊਗਾ। 3000 ਰੁਪਇਆ ਸਰਕਾਰੀ ਪੱਤਾ, ਔਰ ਇਸ ਤੋਂ ਇਲਾਵਾ ਜੇ ਸਾਧੂਆਂ ਨੇ ਕੋਈ ਪਰਸਨਲ ਅਸਿਸਟੈਂਟ ਰੱਖਣਾ ਹੋਇਆ ਜਾਂ ਕੋਈ ਸਟਾਫ ਰੱਖਣਾ ਹੋਇਆ, ਯਾਨੀ ਕੋਈ ਸਾਧੂ ਮੰਤ ਉਹ ਕੋਈ ਰੱਖਦਾ ਆਪਣਾ ਚੇਲਾ ਚਰਤਾ, ਤੇ ਉਹ ਵੀ ਰੱਖ ਸਕਦਾ। ਵੈਸੇ ਮੇਰੇ ਖਿਆਲ ਦੇ ਨਾਲ ਜੇ ਕੋਈ ਚੇਲਾ ਬਾਲਕਾ ਰੱਖ ਲਿਆ, ਇਹ ਜਦੋਂ ਸਮਾਧੀ ਚ ਹੋਏ ਤਾਂ ਚੇਲਾ ਬਾਲਕਾ ਇਹੋ ਕਹੂਗਾ ਕਿ ਬਾਬਾ ਜੀ ਮੋਕਸ਼ ਪ੍ਰਾਪਤੀ ਦਾ ਤੇ ਛੱਡੋ, ਆਹ ਦੱਸੋ ਕਿ ਰਾਜ ਮੰਤਰੀ ਦਾ ਅਹੁਦਾ ਕਿਵੇਂ ਪ੍ਰਾਪਤ ਹੁੰਦਾ, ਇਹਦਾ ਜ਼ਰੂਰ ਦੱਸੋ। ਦੂਜੀ ਚੀਜ਼ ਇਹ ਆ ਕਿ ਇਸ ਮਾਮਲੇ ਦੇ ਵਿੱਚ ਹੁਣ ਦਿਲਚਸਪ ਕਹਾਣੀ ਨਿਕਲਦੀ ਪਈ ਹੈ। ਦਿਲਚਸਪ ਕਹਾਣੀ ਇਹ ਆ
ਕਿ ਅਸਲ ਦੇ ਵਿੱਚ ਇਹਨਾਂ ਸਾਧੂਆਂ ਨੇ ਥੋੜੇ ਦਿਨ ਪਹਿਲਾਂ ਇੱਕ ਐਲਾਨ ਕੀਤਾ ਸੀਗਾ, ਐਲਾਨ ਇਹ ਕੀਤਾ ਸੀਗਾ ਕਿ ਨਰਮਦਾ ਘੁਟਾਲਾ ਰੱਥ ਯਾਤਰਾ ਕੱਢਣੀ ਹੈ। ਅਬ ਨਰਮਦਾ ਘੁਟਾਲਾ ਰੱਥ ਯਾਤਰਾ ਕਿਉਂ ਕੱਢਣੀ ਹੈ? ਕਿਉਂਕਿ ਸ਼ਿਵਰਾਜ ਸਿੰਘ ਦੀ ਸਰਕਾਰ ਨੇ ਇੱਕ ਝੂਠ ਫੈਲਾ ਦਿੱਤਾ ਕਿ ਅਸੀਂ ਜੀ ਨਰਮਦਾ ਦੇ ਕੰਢੇ ਤੇ 6 ਕਰੋੜ ਤੋਂ ਉੱਤੇ ਪੌਦੇ ਲਾਏ ਆ। ਇਹਨਾਂ ਨੇ ਕਿਹਾ ਕਿ ਅਸੀਂ ਜਾ ਕੇ ਦੇਖਾਂਗੇ, ਚਲੋ ਨਾਲ ਸੰਗਤ ਵੀ ਜਾਊਗੀ, ਨਾਲ ਸਾਧੂ ਸੰਤ ਵੀ ਜਾਣਗੇ, ਅਸੀਂ ਦੇਖਾਂਗੇ ਕਿ ਉਹ ਪੌਦੇ ਕਿੱਥੇ ਲੱਗੇ ਆ। ਸੋ ਜਦੋਂ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਨਰਮਦਾ ਘੁਟਾਲਾ ਰੱਥ ਯਾਤਰਾ ਕੱਢਣ ਜਾ ਰਹੇ ਹਾਂ, ਪਰ ਅਸੀਂ ਇਹ ਵੀ ਵਿਖਾਉਣਾ ਲੋਕਾਂ ਨੂੰ ਕਿ ਕਿਵੇਂ ਉੱਥੋਂ ਰੇਤਾ ਚੁੱਕੀ ਜਾਂਦੀ ਆ, ਕਿਵੇਂ ਉੱਥੋਂ ਮਿੱਟੀ ਚੁੱਕੀ ਜਾਂਦੀ ਆ, ਸਾਰਾ ਕੁਛ ਵਿਖਾਵਾਂਗੇ, ਕਿਵੇਂ ਉੱਥੇ ਗੰਦ ਸੁੱਟਿਆ ਜਾਂਦਾ, ਕਿੱਦਾਂ ਫੈਕਟਰੀਆਂ ਜਿਹੜੀਆਂ ਕੈਮੀਕਲ ਸੁੱਟਦੀਆਂ, ਸਾਰੀ ਪੋਲ ਖੋਲਾਂਗੇ। ਨਾਲ ਦੀ ਨਾਲ ਸ਼ਿਵਰਾਜ ਸਿੰਘ ਚੌਹਾਨ ਦਾ ਕਰੰਟ ਜਿਹੜਾ ਉਹ ਡਾਊਨ ਹੋ ਗਿਆ, ਉਹਨੇ ਇਹਨਾਂ ਨੂੰ ਵਿਦੇਸ਼ ਰਾਜ ਮੰਤਰੀ ਰਾਜ ਮੰਤਰੀ ਦਾ ਦਰਜਾ ਦੇ ਦਿੱਤਾ। ਤੇ ਹੁਣ ਸਾਧੂਆਂ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਜਾਂਦਾ ਜੀ ਨਰਮਦਾ ਘੁਟਾਲਾ ਰੱਥ ਯਾਤਰਾ ਜਿਹੜੀ ਉਹ ਅੱਗੇ ਨਿਕਲੂਗੀ ਕਿ ਨਹੀਂ? ਉਹ ਕਹਿੰਦੇ ਹੱਥ ਕਮਲਾ ਨਾ ਹੋਵੇ ਤੇ ਦੱਸ ਹੁਣ ਕਾਹਦੀ ਯਾਤਰਾ ਕੱਢਣੀ ਆ? ਜਦੋਂ ਉਹਨਾਂ ਨੇ ਸਾਡੀਆਂ ਮੰਗਾਂ ਮੰਨ ਲਈਆਂ, ਸਾਨੂੰ ਰਾਜ ਮੰਤਰੀ ਦਾ ਦਰਜਾ ਮਿਲ ਗਿਆ, ਇੱਕ ਕਮੇਟੀ ਬਣਾ ਦਿੱਤੀ, ਹੁਣ ਬਾਬੇ ਸਮਿਤੀ ਚ ਆ ਗਏ ਆ, ਕਮੇਟੀ ਚ ਆ ਗਏ ਆ, ਇਹ ਕਮੇਟੀ ਹੁਣ ਜਾਂਚ ਪੜਤਾਲ ਕਰੂਗੀ, ਸਾਰਾ ਕੁਛ ਵੇਖ ਲੂਗੀ, ਤੁਸੀਂ ਚੱਲੋ ਖੜਾ। ਜੀ ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ GST ਨੂੰ ਲੈ ਕੇ ਅਕਾਲੀ ਕਾਂਗਰਸ ਸਾਂਸਦਾਂ ਦਾ ਸਾਂਝਾ ਰੋਸ ਪ੍ਰਦਰਸ਼ਨ। ਵੈਸੇ ਇਹ ਬੜਾ ਇਤਫਾਕ ਹੈ, ਲੀਡੋ ਗਰੀਬ ਗਿਆ ਨਾ ਕਿ ਅਕਾਲੀ ਤੇ ਕਾਂਗਰਸ ਇਕੱਠੇ, ਵੈਸੇ ਇਹ ਤਨਖਾਹ ਵਧਾਉਣ ਵਾਲੇ ਮੁੱਦੇ ਤੇ ਇਕੱਠੇ ਹੁੰਦੇ ਆ, ਅੱਜ ਕਿਸੇ ਚੰਗੇ ਮੁੱਦੇ ਤੇ ਇਕੱਠੇ ਹੋਏ ਆ, ਵਧਾਈ ਦੇਣੀ ਚਾਹੀਦੀ ਆ ਜੀ। ਉਹਦਾ ਅਕਾਲੀ ਕਹਿੰਦੇ ਆ, ਕਿਉਂਕਿ ਇਹਨਾਂ ਦੇ 2 ਮੈਂਬਰ ਪਾਰਲੀਮੈਂਟ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਸੀਗੇ, ਇੱਕ ਤੇ ਹੈਗਾ ਸੀਗਾ ਰਵਿੰਦਰ ਸਿੰਘ ਭੁੰਦੜ, ਇੱਕ ਸੁਖਦੇਵ ਸਿੰਘ ਢੀਂਡਸਾ। ਉਹ ਕਹਿੰਦੇ ਜੀ ਉੱਥੇ ਅਸੀਂ ਕਲੇ ਸੀਗੇ, ਆ ਕੇ ਕਹਿੰਦੇ ਕਿ ਆਪਾਂ ਵਿਰੋਧ ਕਰਨਾ, ਅਸੀਂ ਆਖਿਆ ਕਿ ਕਿਉਂ ਨੀ ਸਾਡੀ ਗੱਲ ਤੇ ਹੋਈ ਪਈ ਆ ਪ੍ਰਧਾਨ ਸਾਹਿਬ ਦੇ ਨਾਲ, ਉਹ ਕਰ ਦੇਣਗੇ ਸਾਰਾ ਮਸਲਾ ਹੱਲ, ਤੁਸੀਂ ਚਿੰਤਾ ਨਾ ਕਰੋ। ਕਹਿੰਦੇ ਕਿ ਨਹੀਂ ਆਪਾਂ ਫਿਰ ਵੀ ਸੰਕੇਤਕ ਪ੍ਰਦਰਸ਼ਨ ਕਰਨਾ, ਤੇ ਅਸੀਂ ਆਖਿਆ ਚਲੋ ਕੋਈ ਗੱਲ ਨੀ, ਅਸੀਂ ਵੀ ਨਾਲ ਖਲੋ ਜਾਂਦੇ ਹਾਂ। ਉਹ ਕਹਿੰਦੇ ਅਸੀਂ ਵੀ ਜਾ ਕੇ ਰੋਸ ਪ੍ਰਦਰਸ਼ਨ ਕਰ ਦਿੱਤਾ। ਸੋ ਅਕਾਲੀਆਂ ਤੇ ਕਾਂਗਰਸੀਆਂ ਨੇ ਇਕੱਠਿਆਂ ਉੱਥੇ ਇੱਕ ਰੋਸ ਵਿਖਾਵਾ ਕੀਤਾ। ਵੈਸੇ ਕਾਂਗਰਸੀਆਂ ਨੇ ਕੱਲ ਵੀ ਇੱਕ ਬੜਾ ਅਜੀਬੋ ਗਰੀਬ ਜਿਹਾ ਪ੍ਰਦਰਸ਼ਨ ਕੀਤਾ ਉੱਥੇ, ਇਹ ਸੰਸਦ ਦੀ ਛੱਤ ਤੇ ਚੜ੍ਹ ਗਏ ਸੀ ਕੱਲ। ਇਹਨਾਂ ਦੀ ਮੰਗ ਸੀਗੀ ਕਿ ਜਿਹੜੇ ਰਾਸ਼ਟਰਪਤੀ ਦੇ ਵਿੱਚ ਕਾਮੇ ਮਾਰੇ ਗਏ ਆ, ਉਹਨਾਂ ਦੇ ਪਰਿਵਾਰਾਂ ਨੂੰ ਫੌਰੀ ਤੌਰ ਤੇ ਮਾਲੀ ਇਮਦਾਦ ਦਿੱਤੀ ਜਾਵੇ। ਸ਼ਾਇਦ ਉਹ ਦਬਾਅ ਕੰਮ ਵੀ ਕੀਤਾ ਕਿਤੇ ਨਾ ਕਿਤੇ, ਨਾਲ ਦੀ ਨਾਲ ਉਸ ਤੋਂ ਬਾਅਦ ਮਾਲੀ ਇਮਦਾਦ ਦਾ ਐਲਾਨ ਹੋ ਗਿਆ। ਸੋ ਇਸ ਮੌਕੇ ਤੇ ਜਿਹੜਾ ਇਹ ਪ੍ਰਦਰਸ਼ਨ ਇਹਨਾਂ ਨੇ ਕੀਤਾ, ਇਹਦਾ ਦਬਾਅ ਕਿੰਨਾ ਕੁ ਬਣਦਾ, ਅੱਗੇ ਕੀ ਨਤੀਜਾ ਨਿਕਲਦਾ, ਉਹ ਸਮਾਂ ਦੱਸੂਗਾ। ਪਰ ਸਭ ਤੋਂ ਵੱਡੀ ਗੱਲ ਤੇ ਆ ਕਿ ਸੁਖਬੀਰ ਸਿੰਘ ਬਾਦਲ ਹੁਣ GST ਦੇ ਮੁੱਦੇ ਤੇ ਬੋਲਦਾ ਨਹੀਂ ਪਿਆ। ਪਹਿਲਾਂ ਰੋਜ਼ਾਨਾ ਹੀ ਇਹਨਾਂ ਦਾ ਬਿਆਨ ਹੁੰਦਾ ਸੀ, ਕਦੇ ਇਹ ਨਹੀਂ ਸੀ ਬੋਲਦਾ, ਬਾਦਲ ਸਾਹਿਬ ਨਹੀਂ ਸੀ ਬੋਲਦੇ ਕਿ ਇਹਨਾਂ ਦੇ ਘਰੋਂ ਬੀਬਾ ਹਰਚਰਨ ਕੌਰ ਬਾਦਲ ਉਹ ਟਵੀਟ ਛੱਡ ਦਿੰਦੀ ਸੀਗੀ ਕਿ ਇਹ GST ਆਪ ਛੱਡ ਦੇਣ, ਆਪ ਛੱਡ ਦੇਣ, ਸਰਕਾਰ ਛੱਡ ਦੇਣ। ਹੁਣ ਪੰਜਾਬ ਸਰਕਾਰ ਨੇ ਛੱਡ ਦਿੱਤੀ ਆ ਤੇ ਬੋਲਦੇ ਹੀ ਨਹੀਂ ਗਏ। ਇਹਨਾਂ ਚੋਂ ਕੋਈ ਬੰਦਾ ਜਾ ਕੇ ਇਹ ਪੁੱਛਣ ਨੂੰ ਤਿਆਰ ਨਹੀਂ ਆ ਕਿ ਜੇਤਲੀ ਅੰਕਲ ਇਹ ਤੇ ਦੱਸੋ ਨਾ ਕਿ ਤੁਸੀਂ ਆਪ ਕਿਹਾ ਸੀਗਾ ਕਿ GST ਲੰਗਰਾਂ ਤੇ ਲਾਗੂ ਨਹੀਂ ਹੁੰਦੀ, ਤੁਸੀਂ ਜੇ ਲਾਗੂ ਨਹੀਂ ਕੀਤੀ ਤੇ ਸਟੇਟ ਨੇ ਆਪਣਾ ਸ਼ੇਅਰ ਕਿਵੇਂ ਛੱਡ ਦਿੱਤਾ, ਔਰ ਜੇ ਤੁਸੀਂ ਲਾਗੂ ਨਹੀਂ ਕੀਤੀ ਤਾਂ ਉਹਨੂੰ ਕੋਈ ਜਿਸ ਤਰੀਕੇ ਨਾਲ ਨੋਟੀਫਾਈ ਕੀਤਾ, ਉਸ ਨੋਟੀਫਿਕੇਸ਼ਨ ਦੀ ਕੋਈ ਕਾਪੀ ਕੁਪੀ ਦੇ ਦਿਓ ਸਾਨੂੰ, ਅਸੀਂ ਲੋਕਾਂ ਨੂੰ ਦਿਖਾ ਸਕੀਏ। ਸੋ ਇਹਨਾਂ ਨੂੰ ਹਿੰਮਤ ਕਰਨੀ ਚਾਹੀਦੀ ਹੈ। ਤਾਂ ਇੱਥੋਂ ਦੀ ਸਰਕਾਰ ਨੇ ਜੋ ਕਰਤਾ ਸੋ ਕਰਤਾ, ਹੁਣ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਨੂੰ ਉੱਥੇ ਕੁਛ ਨਾ ਕੁਛ ਕਰਕੇ ਦਿਖਾਉਣਾ ਚਾਹੀਦਾ। ਪਰ ਫਿਰ ਵੀ ਮੈਂ ਕਹੂੰਗਾ ਕਿ ਜਿਹੜਾ ਇਹਨਾਂ ਨੇ ਰਲ ਕੇ ਉੱਥੇ ਇਸ ਤਰ੍ਹਾਂ ਦਾ ਵਿਖਾਵਾ ਕੀਤਾ, ਇਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ, ਦੂਸਰੇ ਮੁੱਦਿਆਂ ਤੇ ਵੀ ਇਹਨਾਂ ਨੂੰ ਬੋਲਣਾ ਚਾਹੀਦਾ। ਔਰ ਇਹਨਾਂ ਨੂੰ ਇਹ ਵੀ ਸਵਾਲ ਕਰਨਾ ਬਣਦਾ ਕਿ ਜਿਸ ਦਿਨ ਭਗਵੰਤ ਮਾਨ ਨੇ ਅਸੈਂਬਲੀ ਦੇ ਵਿੱਚ ਇਹ ਮੁੱਦਾ ਚੁੱਕਿਆ ਸੀਗਾ ਤਾਂ ਭਗਵੰਤ ਮਾਨ ਦੇ ਨਾਲ ਵੀ ਇਹਨਾਂ ਦਾ ਖੜਨਾ ਬਣਦਾ ਸੀ, ਉਧਰ ਵੀ ਇਹਨਾਂ ਨੂੰ ਸਾਰਿਆਂ ਨੂੰ ਇੱਕਮੁੱਠ ਹੋਣਾ ਚਾਹੀਦਾ ਸੀ ਇਸ ਮੁੱਦੇ ਤੇ। ਜੀ ਜੀ ਜੀ, ਅਗਲੀ ਗੱਲ ਕਰਦੇ ਹਾਂ, ਡਾਕਟਰ ਧਰਮਵੀਰ ਗਾਂਧੀ ਦੀ ਟੀਮ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਹਾਈਕੋਰਟ ਅੱਪੜੀ। ਇੱਕ ਬੜੀ ਵੱਡੀ ਘਟਨਾ ਹੈ, ਕਿਉਂਕਿ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਫਰੰਟ ਬਣਾਇਆ ਸੀਗਾ, ਹੁਣ ਇਹ ਚਲੇ ਗਏ ਆ ਹਾਈਕੋਰਟ ਦੇ ਵਿੱਚ। ਇਹ ਮੇਰੇ ਖਿਆਲ ਦੇ ਨਾਲ ਕਾਫੀ ਵੱਡੀ ਪਲੈਨਿੰਗ ਕਰਕੇ ਬੈਠੇ ਸਨ। ਵੈਸੇ ਆਪਾਂ ਉਹਦਿਨ ਗੱਲ ਵੀ ਕੀਤੀ ਸੀਗੀ, ਜਿੱਥੇ ਤੱਕ ਮੈਂ ਜਾਣਦਾ ਇਹਨਾਂ ਬਾਰੇ, ਇਹਨਾਂ ਦੀ ਟੀਮ ਬਾਰੇ, ਇਹਨਾਂ ਨੇ ਕਾਫੀ ਹੋਮਵਰਕ ਕੀਤਾ, ਕਾਫੀ ਸਟੱਡੀ ਕੀਤੀ ਹੈ, ਕਾਫੀ ਕੰਮ ਕੀਤਾ ਇਹਨਾਂ ਨੇ। ਤਾਂ ਉਹ ਤੁਸੀਂ ਹੁਣ ਦੇਖ ਹੀ ਸਕਦੇ ਹੋ ਕਿ ਇਹਨਾਂ ਦੀ ਰਣਨੀਤੀ ਕਿਸ ਤਰ੍ਹਾਂ ਦੀ ਹੈ, ਕੈਸੇ ਕੈਸੇ ਮੁੱਦੇ ਇਹਨਾਂ ਦੇ ਕੋਲੇ, ਔਰ ਕੈਸੀ ਕੈਸੀ ਲੜਾਈ ਲੜਨੀ, ਸਭ ਕੁਛ ਪਲੈਨ ਰਿਹਾ ਇਹਨਾਂ ਦਾ।
ਹੁਣ ਇਹ ਗਿਆ ਹਾਈ ਕੋਰਟ ਦੇ ਵਿੱਚ। ਮੁੱਖ ਤੌਰ ਤੇ ਜਿਹੜਾ ਨੁਕਤਾ ਇਹਨਾਂ ਦਾ, ਇਹਨਾਂ ਦੀ ਪਟੀਸ਼ਨ ਦਾ, ਉਹ ਹੈਗਾ ਧਾਰਾ 78 80 ਔਰ ਜਿਹੜੀ 162 ਔਰ ਫਿਰ 246 ਦਾ ਉਪਬੰਧ 3, ਇਹਨਾਂ ਨੂੰ ਚੈਲੰਜ ਕੀਤਾ ਗਿਆ। ਉਹ ਕਹਿੰਦੇ ਆ ਕਿ ਇਹ ਸਾਰੀਆਂ ਜਿਹੜੀਆਂ ਧਾਰਾਵਾਂ ਨੇ ਉਹ ਸੰਵਿਧਾਨ ਦਾ ਉਲੰਘਣ ਕਰਦੀਆਂ, ਔਰ ਕਿਉਂਕਿ ਜਿਹੜੀ ਰਾਜ ਸੂਚੀ ਦੀ 17ਵੀਂ ਤੇ ਆ ਉਹਦੇ ਅਨੁਸਾਰ ਇਹ ਸਾਰਾ ਕੁਛ ਵਿਦਾਰ ਸਿੰਚਾਈ ਪਣ ਬਿਜਲੀ ਇਹ ਸਟੇਟ ਸਬਜੈਕਟ ਆ। ਇਸ ਲਈ ਪਾਰਲੀਮੈਂਟ ਅਜਿਹੇ ਉਪਬੰਧਾਂ ਬਾਰੇ ਕਾਨੂੰਨ ਬਣਾਉਣ ਵਾਸਤੇ ਅਧਿਕਾਰਤ ਨਹੀਂ ਹੈ ਜੋ ਸੰਵਿਧਾਨ ਦੇ ਉੱਪਰ ਜ਼ਿਕਰ ਕੀਤੀਆਂ ਧਾਰਾਵਾਂ ਦੇ ਵਿਰੁੱਧ ਹੋਣ। ਸੋ ਇਹ ਇੱਕ ਨੁਕਤਾ। ਦੂਸਰਾ ਇਹਨਾਂ ਨੇ ਇਹ ਨੁਕਤਾ ਗਿਣਾਇਆ ਕਿ ਦੇਖੋ ਦਰਿਆਈ ਪਾਣੀਆਂ ਦਾ ਝਗੜਾ ਜਿਹੜਾ ਹੁੰਦਾ ਉਹ ਕਾਨੂੰਨ 1956 ਦਾ ਇੱਕ ਸੈਕਸ਼ਨ ਹੈ 14, ਉਹ ਗੈਰ ਸੰਵਿਧਾਨਕ ਕਰਾਰ ਦਿੱਤਾ ਜਾਵੇ। ਇਹਨਾਂ ਨੇ ਕਿਹਾ ਕਿ ਦੇਖੋ ਜਦੋਂ ਇਹ ਅੰਤਰਰਾਜੀ ਰੌਲਾ ਹੀ ਹੈ ਨਹੀਂ ਗਾ, ਕਿਉਂਕਿ ਦਰਿਆ ਜਿਹੜੇ ਆ ਉਹ ਅੰਤਰਰਾਜੀ ਦਰਿਆ ਨਹੀਂ ਹੈ ਪੰਜਾਬ ਵਾਲੇ, ਤਾਂ ਫਿਰ ਇਹ ਜਿਹੜਾ 1986 ਚ ਇੱਕ ਵਿਸ਼ੇਸ਼ ਸੋਧ ਰਾਹੀਂ ਸੈਕਸ਼ਨ ਪਾਇਆ ਗਿਆ 14 ਜਿਹਦੇ ਰਾਹੀਂ ਟ੍ਰਿਬਿਊਨਲ ਦਾ ਗਠਨ ਕੀਤਾ ਜਾ ਸਕਦਾ, ਤਾਂ ਇਸ ਸੈਕਸ਼ਨ ਨੂੰ ਵੀ ਰੱਦ ਕੀਤਾ ਜਾਵੇ। ਸੋ ਇਹ ਇਹਨਾਂ ਦੇ ਦੋ ਬੇਸਿਕ ਨੁਕਤੇ ਆ। ਕਿਉਂਕਿ ਦੇਖੋ ਸ਼ਾਮੀ ਸਾਰੀਆਂ ਅਪਡੇਟਸ ਆਉਂਦੀਆਂ ਨੇ, ਉਦੋਂ ਤੱਕ ਅੱਧੀਆਂ ਅਧੂਰੀਆਂ ਜਾਣਕਾਰੀਆਂ ਜਿਹੜੀਆਂ ਸਾਡੇ ਤੱਕ ਪੁੱਜਦੀਆਂ, ਬਾਕੀ ਕੱਲ ਨੂੰ ਸਾਫ਼ ਹੋਊਗਾ। ਦੋ ਇਹਨਾਂ ਦੇ ਇਹ ਮੁੱਖ ਨੁਕਤੇ ਤਾਂ ਜਿਹੜੇ ਆ ਉਹ ਪ੍ਰੈਸ ਨੋਟ ਰਾਹੀਂ ਇਹਨਾਂ ਨੇ ਦੱਸ ਦਿੱਤੇ ਕਿ ਸਾਡੇ ਦੋ ਮੁੱਖ ਨੁਕਤੇ ਆ। ਵੈਸੇ ਜਿਹੜਾ ਪੰਗਾ ਹੈ ਨਾ ਪੁਆੜੇ ਦੀ ਜੜ ਆ ਉਹ 1978 ਹੀ ਹੈ, 1978 ਫੜਨ ਵਾਲੀ ਹੈ। ਹੁਣ ਪੁਨਰਗਠਨ ਐਕਟ ਵੀ ਜਿਹੜੀ 1978 ਆ ਇਹ ਪਾਣੀਆਂ ਨੂੰ ਕੰਟਰੋਲ ਕਰਦੀ ਹੈ ਕੇਂਦਰ ਦੇ ਦੁਆਰਾ, ਜਿਹੜੀ 78 ਆ, ਜਦਕਿ ਜਿਹੜੀ ਸੰਵਿਧਾਨ ਦੀ ਇੱਕ ਹੋਰ ਧਾਰਾ ਉਹ ਅਜਿਹੀ ਕਰਨ ਦੀ ਇਜਾਜ਼ਤ ਨਹੀਂ ਹੈ। ਅਜਿਹੀ ਧਾਰਾ ਵੱਲੋਂ ਜਿਹੜਾ ਕੰਟਰੋਲ ਕੀਤਾ ਜਾਂਦਾ ਉਹਦੀ ਇਜਾਜ਼ਤ ਨਹੀਂ, ਆਪਾਂ ਵਿਰੋਧੀ ਹੈ ਸੰਵਿਧਾਨ ਦੇ ਵਿੱਚ, ਕਹਿਣ ਦਾ ਮਤਲਬ ਹੈ। ਔਰ ਦਿਲਚਸਪ ਗੱਲ ਇਹ ਆ ਕਿ 78 ਧਾਰਾ ਨੂੰ ਦਰਬਾਰਾ ਸਿੰਘ ਨੇ ਵੀ ਇੱਕ ਵਾਰੀ ਚੈਲੰਜ ਕੀਤਾ ਸੀਗਾ 1986 ਚ, ਔਰ ਦਬਾਅ ਪਾ ਕੇ ਇੰਦਰਾ ਗਾਂਧੀ ਨੇ ਉਹ ਤੋਂ ਕੇਸ ਵਾਪਸ ਕਰਾ ਲਿਆ ਗਿਆ ਸੀ। ਬਾਅਦ ਦੇ ਵਿੱਚ ਉਹੀ ਕੇਸ ਜਿਹੜਾ ਸੀਗਾ ਉਹ ਗਿਆ ਸੀਗਾ ਹਾਈਕੋਰਟ ਦੇ ਵਿੱਚ। ਹਾਈਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਣ ਲੱਗੀ ਐਨ ਮੌਕੇ ਤੇ ਜਿਹੜੇ ਜੱਜ ਸੀਗੇ ਸੰਧਾਵਾ ਵਾਲੀ ਸਾਹਿਬ, ਸੋਮਵਾਰ ਸੁਣਵਾਈ ਲੱਗੀ ਸੀ, ਐਤਵਾਰ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ ਔਰ ਸੁਪਰੀਮ ਕੋਰਟ ਨੇ ਉਹ ਜਿਹੜੀ ਸੁਣਵਾਈ ਵਾਲੀ ਪਟੀਸ਼ਨ ਸੀ ਆਪਣੇ ਕੋਲ ਸੱਦ ਲਈ ਸੀ, ਆਪਣੇ ਕੋਲ ਬੁਲਾ ਲਈ ਸੀ। ਉਸ ਤੋਂ ਬਾਅਦ ਇਹ ਭੇਤ ਬਣਿਆ ਕਿ ਉਸ ਪਟੀਸ਼ਨ ਦਾ ਕੀ ਬਣਿਆ, ਅੱਜ ਤੱਕ ਕੋਈ ਨਹੀਂ ਜਾਣਦਾ ਕਿ ਉਹ ਪਟੀਸ਼ਨ ਦਾ ਕੀ ਫੈਸਲਾ ਆਇਆ। ਸੋ ਇੱਕ ਵਾਰੀ ਫਿਰ ਉਹ ਜਿਹੜੀ 1978 ਆ ਉਹ ਕਾਨੂੰਨੀ ਲੜਾਈ ਦੇ ਚੌਕੇ ਚ ਆ ਗਈ ਹੈ, ਦੇਖੋ ਹੁਣ ਕੀ ਬਣਦਾ। ਉਹਦਾ ਪੰਜਾਬ ਦਾ ਜਿਹੜਾ ਹਾਲ ਆ ਉਹ ਹਾਲ ਕੁਛ ਇਹੋ ਜਿਹਾ, ਸਿੰਚਾਈ ਵਿਭਾਗ ਦੇ 2013 ਦੇ ਜਿਹੜੇ ਅੰਕੜੇ ਸੀ ਉਹ ਕਹਿੰਦੇ ਆ ਕਿ ਇਸ ਸਮੇਂ ਰਾਵੀ ਬਿਆਸ ਦਾ ਕੁੱਲ ਪਾਣੀ ਹੈ ਜਿਹੜਾ ਉਹ 13.38 MAF ਹੈ, ਮਿਲੀਅਨ ਏਕੜ ਫੀਟ ਜਿਹਨੂੰ ਕਹਿ ਦਿੰਦੇ ਆ। ਉਹ ਕਹਿੰਦੇ ਕਿ ਉਹਦੇ ਚੋਂ ਦੇਖੋ ਹਰਿਆਣਾ ਜਿਹੜਾ ਉਹ 3.5 MAF ਲੈ ਜਾਂਦਾ, ਰਾਜਸਥਾਨ 8.6 MAF ਲੈ ਜਾਂਦਾ, ਜੰਮੂ ਤੇ ਕਸ਼ਮੀਰ ਹੈ ਜਿਹੜਾ ਉਹ 0.65 MAF ਲੈ ਜਾਂਦਾ, ਦਿੱਲੀ ਹੈ ਜਿਹੜਾ ਉਹ 0.20 MAF ਲੈ ਜਾਂਦਾ। ਪਾਣੀਆਂ ਦਾ ਜਿਹੜਾ ਮਾਲਕ ਪੰਜਾਬ ਆ ਉਹਦੇ ਕੋਲ ਕਿੰਨਾ ਬਚਦਾ, ਸਿਰਫ 0.43 MAF। ਸਾਰੇ ਹੁਣ ਜਿਹੜੇ ਅੰਕੜੇ ਆ ਉਹ ਇਹ ਗੱਲ ਦਵਾਈ ਵੀ ਇਸ ਗੱਲ ਦੀ ਪ੍ਰੋੜਤਾ ਕਰਦੇ ਆ, ਇਸ ਗੱਲ ਦੀ ਦਵਾਈ ਕਰਦੇ ਆ ਕਿ ਪੰਜਾਬ ਸਿਰਫ ਨਾਂ ਦਾ ਹੀ ਮਾਲਕ ਆ, ਉਹਦੇ ਪੰਨੇ ਤੋਂ ਕੁਛ ਨੀ ਬਚਦਾ। ਹੁਣ ਜਿੱਦਾਂ ਦੀਆਂ ਰਿਪੋਰਟਾਂ ਆਉਂਦੀਆਂ ਪਈਆਂ ਨੇ, ਜਿਸ ਤਰ੍ਹਾਂ ਦਾ ਅਗਲਾ ਸਮਾਂ ਦੱਸਿਆ ਜਾ ਰਿਹਾ ਭੂ ਵਿਗਿਆਨੀਆਂ ਵੱਲੋਂ, ਤਾਂ ਪੰਜਾਬ ਲਈ ਤੇ ਕਤਰੇ ਵੀ ਘੰਟੀ ਆ, ਕਿਉਂਕਿ ਉਹਦੇ ਕੋਲ ਆਪਣੀ ਲੋੜ ਜੋਗਾ ਪਾਣੀ ਬਚਦਾ ਨਜ਼ਰ ਨਹੀਂ ਆਉਂਦਾ। ਤਾਂ ਅਜਿਹੇ ਚ ਜਿਹੜਾ ਪਾਣੀ ਬਾਹਰ ਜਾਂਦਾ ਉਹਦੀ ਲੜਾਈ ਜਿਹੜੀ ਦੀਵਾਰ ਤੋਂ ਲੜੀ ਜਾਣੀ ਸ਼ਾਇਦ ਜ਼ਰੂਰੀ ਸੀਗੀ। ਤਾਂ ਇਹ ਪਹਿਲ ਕਿਵੇਂ ਕੀਤੀ ਹੈ ਡਾਕਟਰ ਧਰਮਵੀਰ ਗਾਂਧੀ ਨੇ, ਹੁਣ ਇਸ ਲੜਾਈ ਚ ਨਤੀਜਾ ਕੀ ਨਿਕਲਦਾ, ਫੈਸਲਾ ਕੀ ਹੁੰਦਾ, ਉਹ ਬਾਅਦ ਦੀਆਂ ਗੱਲਾਂ। ਪਰ ਇਸ ਸੈਂਸਿਟਿਵ ਮੁੱਦੇ ਨੂੰ ਡਾਕਟਰ ਧਰਮਵੀਰ ਗਾਂਧੀ ਨੇ ਚੁੱਕੇ ਔਰ ਉਹਨਾਂ ਦੀ ਟੀਮ ਨੇ ਚੁੱਕੇ, ਇੱਕ ਵਾਰੀ ਜਿਹੜੀਆਂ ਰਵਾਇਤੀ ਸਿਆਸੀ ਪਾਰਟੀਆਂ ਇਹਨਾਂ ਦੀਆਂ ਧੜਕਣਾਂ ਤੇਜ਼ ਜ਼ਰੂਰ ਕਰ ਦਿੱਤੀਆਂ ਹੋਣਗੀਆਂ ਕਿ ਇਹ ਮੁੱਦਾ, ਅਸੀਂ ਇਸ ਪਾਣੀ ਦੀ ਮਧਾਣੀ ਚੋਂ ਕਾਫੀ ਕੁਛ ਰਿੜਕਦੇ ਸੀਗੇ, ਉਹ ਮੁੱਦਾ ਹੁਣ ਜਿਹੜਾ ਉਹ ਸਾਡੇ ਵਿਰੋਧੀਆਂ ਕੋਲ ਲੈ ਜਾਏਗਾ। ਜੀ ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਇਹ ਨਹੀਂ ਸੀ ਚਾਹੁੰਦਾ ਪੰਜਾਬ ਕੈਪਟਨ ਦੇ ਰਾਜ ਵਿੱਚ ਸਕੂਲਾਂ ਦੇ ਵੀ ਕਨੈਕਸ਼ਨ ਕੱਟੇ ਜਾਣ ਲੱਗੇ ਹੁਣ। ਦੇਖੋ ਇਹ ਅੱਜ ਖ਼ਬਰ ਆਈ ਆ ਹੁਣੇ ਇੱਥੇ ਲੁਧਿਆਣੇ ਦੇ ਤਾਜਪੁਰ ਰੋਡ ਤੇ ਕੋਈ ਪ੍ਰਾਇਮਰੀ ਸਕੂਲ ਆ ਉਹਦਾ ਕਨੈਕਸ਼ਨ ਕਰ ਦਿੱਤਾ ਗਿਆ, ਬਿਜਲੀ ਦਾ ਕਨੈਕਸ਼ਨ ਇਸ ਕਰਕੇ ਕੱਟਿਆ ਗਿਆ ਕਿਉਂਕਿ ਇਸ ਸਕੂਲ ਦਾ ਜਿਹੜਾ ਬਿੱਲ ਸੀਗਾ ਉਹ 96,000 ਰੁਪਇਆ ਬਕਾਇਆ ਪਲਿਤਾ ਸੀਗਾ, ਉਹ ਬਿੱਲ ਨਹੀਂ ਭਰਿਆ ਗਿਆ।
ਇਹਨਾਂ ਨੇ ਚੱਕ ਕੇ ਤੇ ਉਹ ਕਨੈਕਸ਼ਨ ਕੱਟ ਦਿੱਤਾ। ਪਰ ਇਹ ਕਨੈਕਸ਼ਨ ਹੈ ਜਿਹੜਾ ਉਹ ਕੱਟੇ ਨੂੰ ਵੈਸੇ ਮੇਰੇ ਖਿਆਲ ਦੇ ਨਾਲ ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ। ਖ਼ਬਰ ਆ ਗਈ ਹੈ ਪਰ ਦੱਸਦੇ ਆ ਕਿ ਡੇਢ ਮਹੀਨਾ ਹੋ ਗਿਆ ਲਗਭਗ ਉੱਥੇ ਨਾ ਤੇ ਲਾਟੂ ਜਗਦਾ ਨਾ ਪੱਖਾ ਘੁੰਮਦਾ। ਬੱਚੇ ਕਿਉਂਕਿ ਗਰਮੀ ਇੱਥੇ ਪੂਰੀ ਜ਼ੋਰ ਫੜ ਚੁੱਕੀ ਆ, ਹੁਣ ਬੱਚੇ ਆ ਜਿਹੜੇ ਹੁਣ ਪਰੇਸ਼ਾਨ ਹੋਣ ਲੱਗ ਪਏ ਆ, ਕਿਉਂਕਿ ਅੱਜ ਤੋਂ ਮਹੀਨਾ ਪਹਿਲਾਂ ਮੌਸਮ ਹੋਰ ਸੀਗਾ, ਅੱਜ ਤੋਂ ਹਫ਼ਤਾ ਪਹਿਲਾਂ ਮੌਸਮ ਹੋਰ ਸੀਗਾ, ਪਰ ਅਚਾਨਕ ਇਸ ਹਫ਼ਤੇ ਦੇ ਅੰਦਰ ਅੰਦਰ ਟੈਂਪਰੇਚਰ ਇੱਥੇ ਬਹੁਤ ਜ਼ਿਆਦਾ ਵਧਿਆ। ਤਾਂ ਹੁਣ ਜਿਵੇਂ ਜਿਵੇਂ ਗਰਮੀ ਆਊਗੀ ਇੱਥੇ ਬੱਚਿਆਂ ਦਾ ਤਾਂ ਹਾਲ ਬੁਰਾ ਹੋਊਗਾ। ਬੱਚਿਆਂ ਦਾ ਕੀ ਕਸੂਰ ਹੈ? ਖਜ਼ਾਨਾ ਖਾਲੀ ਕੈਪਟਨ ਅਮਰਿੰਦਰ ਸਿੰਘ ਦਾ, ਖਜ਼ਾਨਾ ਖਾਲੀ ਸਰਕਾਰ ਦਾ ਹੈ, ਇਹਨਾਂ ਬੱਚਿਆਂ ਦਾ ਕੀ ਕਸੂਰ ਹੈ? ਔਰ ਦੂਜੀ ਚੀਜ਼ ਇਹ ਦੇਖੋ ਕਿ ਇਹ ਸਾਰਾ ਬੋਝ ਹੈ ਖਾਲੀ ਖਜ਼ਾਨੇ ਵਾਲਾ ਜਿਹੜਾ, ਉਹ ਇਹਨਾਂ ਮਸੂਮਾਂ ਤੇ ਕਿਉਂ, ਆਵਾਮ ਤੇ ਕਿਉਂ? ਕਦੇ ਅਸੀਂ ਇਹ ਨੀ ਦੇਖਿਆ ਕਿ ਇਹਨਾਂ ਦੀ ਸਰਕਾਰੀ ਗੱਡੀ ਚ ਤੁਰੇ ਜਾਂਦੇ ਕਿਸੇ ਵਜ਼ੀਰ ਦੀ ਗੱਡੀ ਚ ਤੇਲ ਮੁੱਕ ਗਿਆ ਹੋਵੇ ਤੇ ਧੱਕਾ ਲਾਉਂਦਾ ਪਿਆ ਹੋਵੇ। ਕਦੇ ਇਹ ਨੀ ਵੇਖਿਆ ਕਿ ਇਹਨਾਂ ਨੂੰ ਤਨਖਾਹ ਨਾ ਮਿਲੀ ਹੋਵੇ ਤੇ ਇਹਨਾਂ ਦੇ ਜਵਾਕ ਦਾ ਸਕੂਲ ਚੋਂ ਨਾਂ ਕੱਟ ਦਿੱਤਾ ਹੋ ਗਿਆ ਹੋਵੇ, ਅਧਿਆਪਕਾਂ ਨੇ ਸਰਟੀਫਿਕੇਟ ਫੜਾ ਕੇ ਘਰ ਨੂੰ ਘੱਲਤਾ ਹੋਵੇ ਕਿ ਜਾਂ ਆਪਣੇ ਭਾਪੇ ਨੂੰ ਭੇਜ ਉਹ ਫੀਸ ਕਰੂਗਾ ਤੇ ਫਿਰ ਤੈਨੂੰ ਸਕੂਲ ਚ ਬਿਠਾਵਾਂਗੇ। ਕਦੇ ਅਸੀਂ ਇਹ ਨੀ ਸੁਣਿਆ ਕਿ ਇਹਨਾਂ ਦੇ ਘਰ ਦਾ ਟੈਲੀਫੋਨ ਦਾ ਜਾਂ ਬਿਜਲੀ ਦਾ ਕਨੈਕਸ਼ਨ ਕੱਟਿਆ ਗਿਆ ਹੋਵੇ। ਸੋ ਇਹ ਸਾਰਾ ਕੁਛ ਹੈ ਜਿਹੜਾ ਇਹ ਲੋਕਾਂ ਤੇ, ਕਿਉਂ ਗਰੀਬ ਘਰਾਂ ਦੇ ਜਿੱਥੇ ਬੱਚੇ ਪੜ੍ਹਦੇ ਆ ਉੱਥੇ ਕਿਉਂ? ਆ ਥੋੜੇ ਦਿਨ ਪਹਿਲਾਂ ਇਹਨਾਂ ਨੇ ਵਾਟਰ ਵਰਕਰਸ ਜਿਨ੍ਹਾਂ ਦਾ ਬਕਾਇਆ ਕਿਸੇ ਦਾ 6 ਲੱਖ ਹੈ, ਕਿਸੇ ਦਾ 30 ਲੱਖ ਹੈ, ਕਿਸੇ ਦਾ 20 ਲੱਖ ਹੈ, ਇਹਨਾਂ ਨੇ ਵਰਬਲੀ ਹੁਕਮ ਜਾਰੀ ਕਰ ਦਿੱਤੇ ਕਿ ਕਿਸੇ ਵੀ ਪਿੰਡ ਦੇ ਵਾਟਰ ਵਰਕਸ ਦਾ ਕਨੈਕਸ਼ਨ ਨਹੀਂ ਕੱਟਿਆ ਜਾਊਗਾ। ਹੁਣ ਜੇ ਵਾਟਰ ਵਰਕਸਾਂ ਲਈ ਇਸ ਤਰ੍ਹਾਂ ਦੇ ਹੁਕਮ ਦਿੱਤੇ ਜਾ ਸਕਦੇ ਆ ਤੇ ਸਕੂਲਾਂ ਵੇਲੇ ਇਹਨਾਂ ਦਾ ਕੀ ਢਿੱਡ ਦੁਖਦਾ? ਫਿਰ ਉਹਨਾਂ ਨੂੰ ਵੀ ਹੁਕਮ ਦੇ ਦੇਣ ਕਿ ਬਾਈ ਜਿਵੇਂ ਡਾਂਗਾ ਟੱਪਦਾ ਤੁਸੀਂ ਡਾਂਗ ਟਪਾਈ ਚਲੋ। ਦੇਖੋ ਇਹੋ ਜਿਹੇ ਸਕੂਲਾਂ ਦੇ ਕਨੈਕਸ਼ਨ ਤੇ ਕੱਟ ਦਿੱਤੇ ਜਾਂਦੇ ਆ। ਆਹ ਵਿਭਾਗਾਂ ਤੋਂ ਪਾਵਰ ਕੌਮ ਆ ਜਿਹੜੇ ਸਰਕਾਰੀ ਵਿਭਾਗ ਆ ਟੈਕਸਾਂ ਨੂੰ ਸਰਕਾਰ ਦੇ, ਇਹਨਾਂ ਸਰਕਾਰੀ ਵਿਭਾਗਾਂ ਤੋਂ 3 ਅਰਬ ਰੁਪਈਆਂ ਦਾ ਬਿੱਲ ਲੈਣਾ ਇਹਨਾਂ ਨੇ, 3 ਅਰਬ ਰੁਪਈਆਂ ਦਾ ਬਿੱਲ ਬਕਾਇਆ। 3 ਅਰਬ ਰੁਪਏ ਦੀ ਰਕਮ ਨਾਲ ਦੇਖੋ ਕਿ ਪਾਵਰ ਕੌਮ ਨੂੰ ਕਿੰਨਾ ਰੁਮਣਾ ਆ ਸਕਦਾ? ਉਹ ਬਕਾਏ ਨਹੀਂ ਵਸੂਲੇ ਜਾ ਰਹੇ। ਆਹ ਜਿਹੜੇ ਸਕੂਲ ਆ ਜਿਹੜੇ ਗਰੀਬਾਂ ਦੇ ਬੱਚਿਆਂ ਲਈ ਰਹਿ ਗਏ ਆ, ਬਸ ਉੱਥੇ ਕੋਈ ਹੋਰ ਤੇ ਪੜ੍ਹਦਾ ਨੀਗਾ, ਉਹਨਾਂ ਸਕੂਲਾਂ ਨੂੰ ਇਸ ਤਰ੍ਹਾਂ ਟਾਰਗੇਟ ਕਰਕੇ ਇਹ ਵਸੂਲੀ ਕੀਤੀ ਜਾ ਰਹੀ ਆ। ਜੀ ਜੀ ਜੀ, ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਮੋਗਾ ਪੁਲਿਸ ਨੇ ਪੇਸ਼ ਕੀਤੀ ਮਨੁੱਖਤਾ ਨੂੰ ਨਿੱਗਰ ਉਦਾਹਰਣ। ਮੋਗਾ ਪੁਲਿਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ, ਸਿਫਤ ਕਰਨੀ ਚਾਹੀਦੀ ਹੈ। ਉਹ ਤਾਂ ਪੁਲਿਸ ਵਾਲਿਆਂ ਦੀਆਂ ਖ਼ਬਰਾਂ ਜਿਹੜੀਆਂ ਉਹ ਨੈਗੇਟਿਵ ਖ਼ਬਰਾਂ ਜਾਂ ਉਹਨਾਂ ਦੇ ਕਰਤੂਤਾਂ ਵਾਲੀਆਂ ਕਾਰਨਾਮੇ ਵਾਲੀਆਂ ਖ਼ਬਰਾਂ ਤੇ ਆਈ ਜਾਂਦੀਆਂ, ਪਰ ਇਸ ਤਰ੍ਹਾਂ ਦੀਆਂ ਖ਼ਬਰਾਂ ਬੜੀਆਂ ਘੱਟ ਆਉਂਦੀਆਂ। ਵੈਸੇ ਆਉਣੀਆਂ ਜ਼ਰੂਰ ਆ। ਹੋਇਆ ਕੀ ਆ ਕਿ ਮੋਗੇ ਦੇ ਵਿੱਚ ਥੋੜੇ ਦਿਨ ਪਹਿਲਾਂ ਯਾਨੀ ਮਾਰਚ ਮਹੀਨੇ ਦੇ ਅੰਤਲੇ ਪੜਾਅ ਤੇ ਇਹਨਾਂ ਨੂੰ ਇੱਕ ਮਾਨਸਿਕ ਰੋਗੀ ਮਿਲੀ ਸੀਗੀ, ਬੀਬੀ ਸੀਗੀ। ਕਿਸੇ ਨੇ ਆ ਕੇ ਸ਼ਿਕਾਇਤ ਕੀਤੀ ਕਿ ਬੱਸ ਅੱਡੇ ਦੇ ਵਿੱਚ ਇੱਕ ਔਰਤ ਹੈ ਜਿਹੜੀ ਉਹ ਆਪਣੇ ਕੱਪੜੇ ਉਤਾਰਨ ਦਾ ਯਤਨ ਕਰਦੀ ਪਈ ਹੈ। ਇਹਨਾਂ ਨੇ ਸਮਝਾ ਬੁਝਾ ਕੇ ਉਸ ਬੀਬੀ ਨੂੰ ਥਾਣੇ ਲੈ ਆਂਦਾ, ਪਰ ਉਸ ਬੀਬੀ ਨੇ ਥਾਣੇ ਜਾ ਕੇ ਵੀ ਆਪਣੇ ਕੱਪੜੇ ਪਾੜ ਦਿੱਤੇ। ਜਿਹੜਾ ASIC ਦਾ ਅਮਰਜੀਤ ਸਿੰਘ, ਉਹਨੇ ਫਿਰ ਲੇਡੀ ਕਾਂਸਟੇਬਲ ਮੁਲਾਜ਼ਮ ਸੀਗੀਆਂ ਥਾਣੇ ਦੀਆਂ, ਉਹਨਾਂ ਨੂੰ ਬੁਲਾਇਆ ਔਰ ਕਿਹਾ ਕਿ ਇਸ ਬੀਬੀ ਨੂੰ ਕੱਪੜਿਆਂ ਦਾ ਵਸਤਰਾਂ ਦਾ ਪ੍ਰਬੰਧ ਕਰਕੇ ਦੇ। ਉਹਨਾਂ ਨੇ ਲੀੜੇ ਲੱਤੇ ਦਾ ਪ੍ਰਬੰਧ ਕੀਤਾ। ਫਿਰ ਉਸ ਤੋਂ ਬਾਅਦ ਉਹੀ ਥਾਣੇਦਾਰ ਹੈ ਜਿਹੜਾ, ਉਹ ਇਸ ਬੀਬੀ ਨੂੰ ਇੱਕ ਡਾਕਟਰ ਕੋਲੇ ਲੈ ਗਿਆ, ਨਿੱਜੀ ਡਾਕਟਰ ਕੋਲੇ। ਦਬਾ ਦੱਪਾ ਚੱਲਦਾ ਰਿਹਾ 4-5 ਦਿਨ। ਥਾਣੇ ਦੇ ਵਿੱਚ ਹੀ ਇਸ ਬੀਬੀ ਨੂੰ ਰੱਖਿਆ ਗਿਆ, ਪਰ ਏਦਾਂ ਰੱਖਿਆ ਗਿਆ ਜਿੱਦਾਂ ਕੋਈ ਰਿਸ਼ਤੇਦਾਰ ਰੱਖੀਦਾ, ਸਾਰਾ ਥਾਣਾ ਦੇਖਭਾਲ ਕਰਦਾ ਰਿਹਾ। 4-5 ਦਿਨ ਪ੍ਰੋਪਰ ਇਲਾਜ ਚੱਲਿਆ, ਸਾਂਭ ਸੰਭਾਲ ਹੋਈ। ਫਿਰ ਉਸ ਬੀਬੀ ਦੀ ਮਾੜੀ ਜਿਹੀ ਮਾਨਸਿਕ ਸਥਿਤੀ ਹੈ ਜਿਹੜੀ ਠੀਕ ਹੋਈ। ਫਿਰ ਉਹਨੇ ਦੱਸਿਆ ਕਿ ਮੈਂ ਅੰਮ੍ਰਿਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ, ਫਲਾਂ ਮੇਰਾ ਪਿੰਡ ਆ, ਫਲਾਂ ਥਾਂ ਤੇ ਮਿਲ ਗਿਆ ਹੀ ਆ। ਫਿਰ ਇਹਨਾਂ ਨੇ ਉਹਨਾਂ ਦੇ ਨਾਲ ਸੰਬੰਧ ਕਾਇਮ ਕੀਤਾ, ਰਾਬਤਾ ਕਾਇਮ ਕੀਤਾ। ਉਹਨਾਂ ਨੇ ਫਿਰ ਆ ਕੇ ਇਸ ਬੀਬੀ ਨੂੰ ਫੜਿਆ। ਸੋ ਇਸ ਮਾਮਲੇ ਦੇ ਵਿੱਚ ਜਿਸ ਤਰੀਕੇ ਨਾਲ ਮੋਗਾ ਪੁਲਿਸ ਦੀ ਇਹ ਭੂਮਿਕਾ ਰਹੀ ਹੈ, ਸਾਰੇ ਉਸ ਭੂਮਿਕਾ ਨੂੰ ਸਲਾਮ ਕਰਦੇ ਪਏ, ਸਲਾਮ ਕਰਨਾ ਵੀ ਚਾਹੀਦਾ। ਵੈਸੇ ਪਹਿਲਾ ਮੌਕਾ ਨਹੀਂ ਗਾ ਜਦੋਂ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਪੁਲਿਸ ਦੀ ਸਾਡੇ ਸਾਹਮਣੇ ਆਈ ਹੋਵੇ। ਆਹ ਥੋੜਾ ਸਮਾਂ ਪਹਿਲਾਂ ਦੀ ਗੱਲ ਆ, ਇੱਕ ਬੱਚੀ ਗਵਾਚ ਗਈ ਮੋਹਾਲੀ ਦੇ ਵਿੱਚ। ਇੱਕ ਪੁਲਿਸ ਮੁਲਾਜ਼ਮ ਨੇ ਉਸ ਬੱਚੀ ਨੂੰ ਮੋਟਰਸਾਈਕਲ ਦੇ ਮੋਹਰੇ ਬਿਠਾਇਆ ਔਰ ਸਾਰਾ ਮੋਹਾਲੀ ਸ਼ਹਿਰ ਗਾ ਕੇ ਅਖੀਰ ਉਹਦਾ ਘਰ ਲੱਭਿਆ। ਔਰ ਲੋਕੀ ਕਹਿੰਦੇ ਸੀ ਕਿ ਇਹ ਪੰਜਾਬ ਪੁਲਿਸ ਦਾ ਮਜਰੰਗੀ ਬਲੀਦਾਨ ਆ। ਆਹ ਥੋੜਾ ਸਮਾਂ ਪਹਿਲਾਂ ਪਠਾਨਕੋਟ ਦੇ ਲਾਗੇ ਇੱਕ ਨੋਟਾਂ ਦਾ ਭਰਿਆ ਬੈਗ ਇੱਕ ਮੁੰਡੇ ਨੂੰ ਲੱਭਿਆ, ਜਿਹੜਾ ਕਿ ਪੁਲਿਸ ਦੇ ਵਿੱਚ ਥੋੜਾ ਸਮਾਂ ਪਹਿਲਾਂ ਹੀ ਭਰਤੀ ਹੋਇਆ ਸੀਗਾ। ਉਹਨੇ ਉਹ ਨੋਟਾਂ ਦਾ ਬੈਗ ਜਿਹੜਾ ਘਰ ਜਾ ਕੇ ਮੋੜਿਆ ਜੀ ਪੁੱਛ ਪਛਾ ਕੇ। ਫਿਰ ਆ ਬਠਿੰਡੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ 1,65,000 ਰੁਪਇਆ ਲੱਭਾ ਸੀਗਾ ਪਿਛਲੇ ਸਾਲ, ਉਹਨੇ ਵੀ
ਉਸ ਬੰਦੇ ਨੂੰ ਲੱਭ ਕੇ ਵਾਪਸ ਕੀਤਾ ਸੀ। ਸੋ ਇਸ ਤਰ੍ਹਾਂ ਦੀਆਂ ਮਿਸਾਲਾਂ ਆਉਂਦੀਆਂ ਨੇ, ਤਾਂ ਇਹ ਜਿਹੜੀਆਂ ਘੱਟ ਮਿਸਾਲਾਂ ਆਉਂਦੀਆਂ ਨੇ ਇਹੋ ਜਿਹੀਆਂ, ਇਹ ਮਿਸਾਲਾਂ ਬਹੁਤਾਤ ਚ ਆਉਣੀਆਂ ਚਾਹੀਦੀਆਂ, ਬਸ ਸਿਰਫ ਇਹੋ ਜਿਹੀ ਕਾਮਨਾ ਸਾਡੀ ਹੈ। ਜੀ ਜੀ, ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀਆਂ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਅਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ, ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਰ ਨਿੱਗੀ ਜੀ, ਸਤਿ ਸ਼੍ਰੀ ਅਕਾਲ, ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ US।